ਸਾਡੀ ਵੀ ਕੋਈ ਇੱਜਤ ਹੈ ਕੀ ਬਾਤ ਹੈ ਸਾਡੀ ਕਿ ਬੱਲੇਓ ਚਲਾਕ ਸੱਜਣਾ ਮੇਰਾ ਡਾਲਾ ਮੇਰੇ ਤੋਂ ਰਿਲੇਸ਼ਨਸ਼ਿਪਸ ਦੀ ਵੈਲਿਊ ਦੱਸੀ ਗਈ ਹੈ ਕਿ ਰਿਲੇਸ਼ਨਸ਼ਿਪਸ ਕੀ ਹੁੰਦੇ ਨੇ ਤੇ ਲੋਕਾਂ ਦੀ ਚਲਾਕੀਆਂ ਕਰਕੇ ਕਿੱਦਾਂ ਅਸੀਂ ਆਪਣੀ ਲਾਈਫ ਖਰਾਬ ਕਰ ਲੈਂਦੇ ਨੇ ਪਿੰਡ ਦੀ ਗੱਲ ਸੱਚ ਦੀ ਗੱਲ ਹਰ ਘਰ ਦੀ ਗੱਲ ਦਾ ਨਾਮ ਹੈ ਬੱਲੇਓ ਚਲਾਕ ਸੱਜਣਾ ਪਤੰਦਰ ਆਪਣੀ ਪਰਜਾਈ ਨੂੰ ਹੀ ਘਮਾਉਂਦਾ ਫਿਰਦਾ ਤੁਸੀਂ ਆਦੇ ਆਦੇ ਨੂੰ ਵੀ ਪਛਾਣਨਾ ਸ਼ੁਰੂ ਕਰ ਦੋਗੇ ਤੇ ਉਹਨਾਂ ਨੂੰ ਹੀ ਪਛਾਣਨਾ ਸ਼ੁਰੂ ਕਰ ਦੇਣਗੇ ਜਿਹੜੇ ਤੁਹਾਡਾ ਨੁਕਸਾਨ ਕਰਦੇ ਨੇ ਤੇ ਜਿਵ ਜਾੜਨ ਤੇ ਆਵੇ ਤਾਂ ਨਿੱਕੀ ਜੀ ਸੂਈ ਨਾਲ ਘਰ ਟਾਉਂਦੀ ਆ ਮੈਨੂੰ ਮੈਨੂੰ ਰੂਲ ਦਿੱਤਾ ਗਿਆ ਵੀ ਪਿੰਡਾਂ ਚ ਡੱਗੀ ਵਾਲੇ ਕੱਪੜੇ ਨਹੀਂ ਲਈਦੇ ਉਹ ਪੂਰੀ ਆਵਾਜ਼ ਆਣੀ ਚੀਟਾਂ ਵਾਲੇ ਬੋਸਿਆਂ ਨਾਲ ਫਾਬਲਾ ਕੱਦਰਲਾ ਢਰੀਗਲਾ ਬੱਚਿਆਂ ਨੂੰ ਸਮਝ ਆ ਜਾਵੇ ਕਿ ਮਾਪਿਆਂ ਨਾਲ ਕਿੱਦਾਂ ਟ੍ਰੀਟ ਕਰਨਾ ਮਾਪਿਆਂ ਨੂੰ ਸਮਝ ਆ ਜਾਵੇ ਬੱਚਿਆਂ ਨੂੰ ਕਿੰਨਾ ਇਗਨੋਰ ਮਾਰਿਆ ਦਾਦਾ ਦਾਦੀ ਨੂੰ ਸਮਝ ਆ ਜੂਦੀ ਹੋਰ ਫਰਕ ਪੈ ਚੁੱਕਾ ਸਮਾਜ ਦਾ ਮੈਨੂੰ ਗੱਲ ਕਹਿਣ ਦਾ ਤਰੀਕਾ ਬਦਲਣਾ ਪੈਣਾ ਫੜ ਕੇ ਰੱਖੀ ਲੜ ਲੜ ਛੱਡਣ ਲਈ ਥੋੜੀ ਫੜਿਆ ਤੂੰ ਇਹ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਆਪਣਾ ਮਤਲਬ ਇੱਕ ਸ਼ੀਸ਼ਾ ਕਿ ਤੁਹਾਨੂੰ ਆਪਣੀ ਸ਼ਕਲ ਦਿਖਾਉਂਦਾ ਨਾ ਇਹ ਫਿਲਮ ਆਈ ਨਾ ਦਿਖਾਉਗੀ ਤੁਹਾਨੂੰ ਆਹ ਦੀ ਟੀਮ ਨੂੰ ਬਾਹਰ ਨਹੀਂ ਜਾਣ ਦੇਣਾ ਆ ਉਹਦੇ ਬੋਲੇ ਦੂਜਿਆਂ ਦੇ ਨੂੰ ਐਵੇਂ ਅੱਛਾ ਪਿੰਡ ਦੀ ਬੇਇੱਜ਼ਤੀ ਕਰਾਉਨੇ ਹੋ ਤੁਸੀਂ ਜਿਵੇਂ ਲਾਈਵ ਜ਼ਿੰਦਗੀ ਚੱਲਦੀ ਓਵੇਂ ਲਾਈਵ ਹੀ ਇਹ ਕਹਾਣੀ ਚੱਲੂਗੀ ਲੱਗਣੂਗਾ ਨੇ ਤੁਹਾਨੂੰ ਫਿਲਮ ਚੱਲਦੀ ਹੈ ਲੱਗੂਗਾ ਕਿ ਹਾਂ ਸਾਡੇ ਆਲੇ-ਦੁਆਲੇ ਦੀ ਕੋਈ ਨਾ ਕੋਈ ਗੱਲ ਕਰ ਰਹੇ ਨੇ ਬ੍ਰਿਆਮ ਜਦੋਂ ਆਇਆ ਤੇ ਭਰਾਵਾ ਹੁਣੇ ਤਾਂ ਚੁੰਨੀ ਬਨ ਲਈ ਨਾਲ ਕੁੜੀ ਨੇ ਤੂੰ ਹੀ ਹਲੇ ਨਹੀਂ ਬੰਨੀ ਤੂੰ ਆਹ ਟੁਈ ਤੂੰ ਹੀ ਹਲੇ ਨਹੀਂ ਬੰਨੀ ਕੁੜੀ ਸਿਆਣੀ ਬੰਨਾ ਟੁਈ ਚੁੰਨੀ ਬਨ ਲਈ ਤੇ ਚੌਕ ਕਿਣ ਦੋ ਮਾਰਿਆ ਭਰਾਵਾ ਭਾਈ ਮੈਂ ਤਾਂ ਮੰਨ ਗਿਆ ਸੱਤੂ ਫੱਤੂ ਤੁਸੀਂ ਦੇਖੋਗੇ ਫਤੂ ਫਤੂ ਤੁਸੀਂ ਕਹੋਗੇ ਯਾਰ ਠੀਕ ਆ ਇਹ ਤਾਂ ਮਤਲਬ ਵਾਕਈ ਉਹ ਕਰੈਕਟ ਸਾਡੇ ਪਿੰਡ ਵੀ ਹੈ ਸਾਡੇ ਪਿੰਡ ਹੈ ਬਸ ਇਹੀ ਹੈ ਜੀ ਹਰ ਇੱਕ ਨੂੰ ਲੱਗੂਗਾ ਕਿ ਹਾਂ ਸਾਡੇ ਆਣ ਗਵਣ ਸਾਡੇ ਪਿੰਡ ਦੇ ਨੇ ਬਾਬੇ ਐਵੇਂ ਐਵੇਂ ਵੇਖੀ ਜਾਣਗੇ ਅੱਛਾ ਲੈ ਵੀ ਵਿਗੜਨਾ ਤੇਰਾ ਜਮਈ ਆਪਦਾ ਨਾਂ ਤਾਂ ਮੈਂ ਲੈਂਦਾ ਨਹੀਂ ਤੇ ਬੰਦੇ ਨੂੰ ਚਾਰਾਂ ਵਾਰ ਸ਼ੱਕ ਹੁੰਦਾ ਭਾਬੀ ਮੇਰੀ ਐਂ ਕਰਦੀ ਹੂੰ ਲੱਗਿਆ ਸੀ ਪਤਾ ਕਿਉਂ ਉਹ ਐਂ ਕਰਦੀ ਦਾਤਾ ਨਾ ਬਾਬੇ ਨੇ ਤੇ ਤੇਰੇ ਬਾਬੇ ਪੱਟੀ ਬੱਟੀ ਵੀ ਤੇਰੇ ਘਰ ਵਾਲੇ ਨੇ ਮੈਂ ਬੰਦੇ ਨੂੰ ਲੱਗੂਗਾ ਕਿ ਹਾਂ ਯਾਰ ਆ ਮੇਰੇ ਘਰ ਦਾ ਕਲੇਸ਼ ਹੈ ਜਾਂ ਆ ਮੇਰੇ ਪਿੰਡ ਦਾ ਭਲਾਣਾ ਬੰਦਾ ਜਿਹੜਾ ਚੁਗਲਖੋਰ ਹੈ ਲੂਤੀ ਲਾਉਂਦਾ ਇਦਾਂ ਦਾ ਉਹ ਬੰਦੇ ਤੁਹਾਨੂੰ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ ਮਤਲਬ ਕਿ ਤੁਹਾਨੂੰ ਲੱਗੂਗਾ ਚਾਹ ਯਾਰ ਆ ਬੰਦੇ ਨੇ ਆ ਕਰੈਕਟਰ ਨੇ ਗਲਤੀ ਕੀਤੀ ਸੀਗੀ ਇਹਨੇ ਆਪਣੇ ਆਪ ਨੂੰ ਰਿਅਲਾਈਜ਼ ਕਰ ਲਿਆ ਯਾਰ ਮੈਂ ਗਲਤੀ ਕੀਤੀ ਸੀ ਉਸ ਟਾਈਮ ਯਾਰ ਮੇਰਾ ਭਰਾਣਾ ਮੈਂ ਐਵੇਂ ਲੜਿਆ ਫਿਰਦਾ ਗਲਤੀ ਤਾਂ ਮੇਰੀ ਸੀਗੀ ਜਿੱਥੇ ਸਵਾਰਥ ਹੋਊਗਾ ਉੱਥੇ ਦਿਮਾਗੀ ਰਿਸ਼ਤਾ ਹੋਊਗਾ ਜਿੱਥੇ ਸਵਾਰਥ ਨਹੀਂ ਹੋਊਗਾ ਉੱਥੇ ਦਿਮਾਗੀ ਰਿਸ਼ਤਾ ਨਹੀਂ ਹੋਊਗਾ ਪੰਜਾਬੀ ਸਿਨੇਮਾ ਜਿਸ ਨੇ ਪਹਿਲਾਂ ਬੜਾ ਲੰਮਾ ਸੰਤਾਪ ਹੰਡਾਇਆ ਪਰ ਹੁਣ ਆਪਣੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਹਰ ਰੋਜ਼ ਜਿਹੜੀਆਂ ਪੰਜਾਬੀ ਸਿਨੇਮਾ ਤਰੱਕੀਆਂ ਵੱਲ ਨੂੰ ਵੱਧ ਰਿਹਾ ਹੈ ਤੇ ਇਹ ਬੜੀ ਚੰਗੀ ਗੱਲ ਹੈ ਕਿਉਂਕਿ ਪੰਜਾਬੀ ਸ਼ਬਦ ਜਾਂ ਪੰਜਾਬ ਜਿੱਥੇ ਵੀ ਆਊਗਾ ਜੇਕਰ ਉਹ ਤਰੱਕੀ ਵੱਲ ਜਾਵੇਗਾ ਤਾਂ ਉਸ ਮੁੱਚੇ ਪੰਜਾਬੀਆਂ ਨੂੰ ਜਿਹੜਾ ਰਿਪਰੈਜ਼ੈਂਟ ਕਰੇਗਾ ਸੁਮੁੱਚੇ ਪੰਜਾਬੀਆਂ ਦੀ ਅਗਵਾਈ ਕਰੇਗਾ ਪੰਜਾਬੀ ਸਿਨੇਮੇ ਨੇ ਬੜੇ ਪਿਛਲੇ ਮਹੀਨੇ ਵੀ ਬੜੀਆਂ ਵੱਡੇ ਬਸਟ ਤੇ ਬੜੀਆਂ ਵਧੀਆ ਫਿਲਮਾਂ ਦਿੱਤੀਆਂ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਸਿਨੇਮਾ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਕੱਲੀਆਂ ਕਾਮੇਡੀ ਫਿਲਮਾਂ ਪਰ ਹੁਣ ਕੁਝ ਨਵੇਂ ਪੱਖ ਕੁਝ ਨਵੇਂ ਵਿਸ਼ੇ ਸਮਾਜ ਵਿੱਚ ਵਿਚਰ ਰਹੀਆਂ ਚੀਜ਼ਾਂ ਦੇ ਉੱਤੇ ਵੀ ਗੌਰ ਕਰਨ ਲੱਗਿਆ ਸਿਨੇਮਾ ਤੇ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਫਿਲਮਾਂ ਸਾਹਮਣੇ ਆਉਣ ਲੱਗੀਆਂ ਤੇ ਜਿਸ ਫਿਲਮ ਦੀ ਅੱਜ ਅਸੀਂ ਗੱਲਬਾਤ ਕਰਾਂਗੇ ਉਹ ਫਿਲਮ ਵੀ ਇਸੇ ਚੀਜ਼ ਨੂੰ ਮੈਨੂੰ ਲੱਗਦਾ ਜੇ ਬਾਕੀ ਜੋ ਨਾਮ ਦੱਸ ਰਿਹਾ ਬੱਲੇ ਹੋਏ ਚਲਾਕ ਸੱਜਣਾ ਫਿਲਮ ਹੈ ਤੇ ਨਾਮ ਤੋਂ ਹੀ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕੁਝ ਨਾ ਕੁਝ ਜਿਹੜਾ ਇੱਕ ਪੋਸਟਰ ਇਹਨਾਂ ਦਾ ਮੈਂ ਇੱਕ ਵਾਰ ਪੋਸਟਰ ਦੇ ਜਿਹੜਾ ਕੈਮਰੇ ਚ ਤੁਹਾਨੂੰ ਦਿਖਾ ਦਿਆਂਗੇ ਜਿਹੜੇ ਸਕਰੀਨ ਤੇ ਤਾਂ ਉਹ ਤੋਂ ਵੀ ਤੁਹਾਨੂੰ ਕਲੀਅਰ ਹੋ ਜਾਵੇਗਾ ਕਿ ਬੱਲੇ ਉਹ ਚਲਾਕ ਸੱਜਣਾ ਕਿਹੜੇ ਪਾਸੇ ਨੂੰ ਕਰ ਰਹੀ ਹੈ ਸਾਡੇ ਨਾਲ 스타 ਕਾਸਟ ਨੇ ਵਿਕਰਮ ਵਿਕਰਮ ਸਿੰਘ ਤੋਹਾਂ ਜੀ ਜੀ ਤੇ ਮੈਡਮ ਨੇ ਮੈਡਮ ਪੋਲੀਨਾ ਸੋਡੀ ਮੈਨੂੰ ਨਾਮ ਥੋੜਾ ਜਿਹਾ ਭੁੱਲ ਜਾਂਦਾ ਸੀ ਪੋਲੀਨਾ ਸੋਡੀ ਸਭ ਤੋਂ ਪਹਿਲਾਂ ਵਿਕਰਮ ਜੀ ਨਾਲ ਗੱਲ ਕਰਦੇ ਹਾਂ ਵਿਕਰਮ ਜੀ ਕਿਵੇਂ ਆ ਇੱਕ ਇਹ ਫਿਲਮ ਦਾ ਮਤਲਬ ਮੋਟਾ-ਮੋਟੀ ਜੀ ਗੱਲ ਕਰਨੀ ਹੋਵੇ ਕਿ ਕਿਸ ਪਾਸੇ ਨੂੰ ਕਿਸ ਨਿਹਾਏ ਫਿਲਮ ਦੇ ਵਿੱਚ ਦੋ ਭਰਾਵਾਂ ਦੀ ਕਹਾਣੀ ਹੈ ਜੀ ਸਭ ਤੋਂ ਪਹਿਲਾਂ ਤਾਂ ਫਿਲਮ ਬਾਰੇ ਦੱਸ ਦਈਏ ਜੀ 4 ਅਗਸਤ ਨੂੰ ਆ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਫਿਲਮ ਦੀ ਕਹਾਣੀ ਬੇਸਿਕਲੀ ਹੈਗੀ ਹੈ ਦੋ ਭਰਾਵਾਂ ਦੀ ਜੀ ਰਿਸ਼ਤਿਆਂ ਦੀ ਕਹਾਣੀ ਹੈ ਜੀ ਜੋ ਅੱਜ ਕੱਲ ਸਾਡਾ ਕਮਿਊਨੀਕੇਸ਼ਨ ਗੈਪ ਪੈ ਗਿਆ ਅਸੀਂ ਲੋਕ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਹੈਗੇ ਮਨ ਅਸੀਂ ਫੋੜੇ ਬਣਾਏ ਰੱਖਦੇ ਆਂ ਕਲੀਅਰ ਨਹੀਂ ਕਰਦੇ ਤਾਂਨੇ ਬਾਣੇ ਉਲਝਦੇ ਜਾ ਰਹੇ ਨੇ ਰਿਸ਼ਤਿਆਂ ਦੇ ਸੋ ਉਹਦੇ ਤੇ ਆਧਾਰਿਤ ਹੈ ਫਿਲਮ ਹੈ ਜੀ ਜੋ ਚਲਾਕੀਆਂ ਲੋਕ ਕਰਦੇ ਨੇ ਅਸੀਂ ਕਰਦੇ ਆਂ ਸਾਡੇ ਰਿਸ਼ਤੇਦਾਰ ਕਰਦੇ ਨੇ ਕੋਈ ਵੀ ਐਕਸ ਵਾਈ ਜ਼ेड ਬੰਦਾ ਕਰਨਾ ਕੋਈ ਚਲਾਕੀ ਕਰਦਾ ਆਪਣੇ ਮਤਲਬ ਨੂੰ ਪੂਰਾ ਕਰਨ ਲਈ ਜਾਂ ਤੁਹਾਡਾ ਘਰ ਤੋੜਨ ਲਈ ਇਹ ਉਹਨਾਂ ਤੇ ਅਧਾਰਿਤ ਫਿਲਮ ਹੈ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਹਨੇ ਕਿਹਨੇ ਤੁਹਾਡ ਨਾਲ ਚਲਾਕੀ ਕੀਤੀ ਸੀ ਤੇ ਕਿਹੜਾ ਕਿਹੜਾ ਤੁਹਾਡਾ ਆਪਣਾ ਤੁਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਤਾਣੇ ਬਾਣੇ ਨੂੰ ਬਣਾਉਣਾ ਸ਼ੁਰੂ ਕਰ ਦੋਗੇ ਮਤਲਬ ਇਹ ਫਿਲਮ ਹੈ ਰਿਸ਼ਤਿਆਂ ਬਾਰੇ ਕਈ ਗੱਲਾਂ ਕਲੀਅਰ ਕਰ ਦੋਗੇ ਵੀ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਬਗਾਨਾ ਜੀ ਤੁਸੀਂ ਆਪ ਦੇ ਆਪ ਦੇ ਨੂੰ ਵੀ ਪਛਾਣਨਾ ਸ਼ੁਰੂ ਕਰ ਦੋਗੇ ਤੇ ਉਹਨਾਂ ਨੂੰ ਵੀ ਪਛਾਣਨਾ ਸ਼ੁਰੂ ਕਰ ਦੋਗੇ ਜਿਹੜੇ ਤੁਹਾਡਾ ਨੁਕਸਾਨ ਕਰਦੇ ਨੇ ਤੁਹਾਨੂੰ ਚੁਗਲੀਆਂ ਕਰਕੇ ਨਿੰਦਾ ਕਰਕੇ ਜਾਂ ਤੁਹਾਡਾ ਘਰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਆਮ ਪਿੰਡਾਂ ਦੀ ਆਮ ਜ਼ਿੰਦਗੀਆਂ ਦੀ ਕਹਾਣੀ ਹੈ ਘਰ ਘਰ ਦੀ ਕਹਾਣੀ ਹੈ ਜੀ ਜਦੋਂ ਲੋਕ ਕਹਿੰਦੇ ਆ ਵੀ ਇਹ ਡਿਫਰੈਂਟ ਵਿਸ਼ਾ ਹੈ ਡਿਫਰੈਂਟ ਕਨਸੈਪਟ ਹੈ ਹਾਂ ਡਿਫਰੈਂਟ ਨਹੀਂ ਹੈਗਾ ਇਹ ਤਾਂ ਰੋਜ਼ ਹੁੰਦਾ ਸਾਡੇ ਘਰਾਂ 'ਚ ਤੁਸੀਂ ਵੀ ਆਲੇ ਦੁਆਲੇ ਆਪਣੇ ਦੇਖਿਆ ਹੋਣਾ ਸਾਡੇ ਵੀ ਆਲੇ ਦੁਆਲੇ ਰੋਜ਼ ਚੱਲਦੀਆਂ ਕਹਾਣੀਆਂ ਨੇ ਬਸ ਅਸੀਂ ਲੋਕ ਇੰਨਾ ਵੱਲ ਧਿਆਨ ਨਹੀਂ ਦਿੰਦੇ ਜਾਂ ਇਹਨਾਂ ਟੌਪਿਕਾਂ ਬਾਰੇ ਸਾਡੇ ਦਿਲਾਂ 'ਚ ਗੱਲਾਂ ਹੈਗੀਆਂ ਦਿਮਾਗ 'ਚ ਪਰ ਅਸੀਂ ਕਰਨਾ ਨਹੀਂ ਚਾਹੁੰਦੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਮੁੱਦਿਆਂ ਤੇ ਵੀ ਗੱਲ ਹੋਵੇ ਰਿਸ਼ਤਿਆਂ ਦੇ ਉਹਨਾਂ ਮੁੱਦਿਆਂ ਤੇ ਵੀ ਗੱਲ ਹੋਵੇ ਜਿਨ੍ਹਾਂ ਬਾਰੇ ਲੋਕ ਗੱਲ ਤਾਂ ਕਰਦੇ ਆ ਪਰ ਬੋਲਣ ਤੇ ਸਮਝਣ ਤੋਂ ਝਿਜਕਦੇ ਆ ਉਹ ਵੀ ਸਾਡੇ ਸਮਾਜ ਦਾ ਹਿੱਸਾ ਨੇ ਤਾਂ ਕਿ ਥੋੜਾ ਜੀ ਖੁੱਲੇ ਗੱਲ ਆਪਸ ਦੇ ਵਿੱਚ ਤੇ ਜੇ ਮਾੜੀ-ਮੋਟੀ ਖਟਾਸ ਕਿਸੇ ਰਿਸ਼ਤੇ 'ਚ ਹੈਗੀ ਉਹ ਦੂਰ ਹੋ ਜਵੇ ਆਪਸੇ ਗੱਲ ਕਰਕੇ ਇਹ ਕੋਸ਼ਿਸ਼ ਹੈ ਮਤਲਬ ਕਹਾਣੀਆਂ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਹੀ ਬੈਠੀਆਂ ਹੁੰਦੀਆਂ ਆ ਉਹ ਸਾਨੂੰ ਹੁੰਦਾ ਵੀ ਹੈ ਕਿ ਪਤਾ ਵੀ ਹੈ ਕਿ ਹੈਗੀਆਂ ਪਰ ਉਹਨੂੰ ਦਰਸਾਉਣ ਜਾਂ ਫਿਲਮਾਉਣ ਤੋਂ ਅਸੀਂ ਪਿੱਛੇ ਰਹਿ ਜਾਂਦੇ ਹਾਂ ਝਿਜਕਦੇ ਆ ਹਾਂਜੀ ਮਤਲਬ ਇਹ ਇਹ ਤਾਂ ਤੁਹਾਨੂੰ ਜਦੋਂ ਈਵਨ ਇਦਾਂ ਵੀ ਲੱਗੂਗਾ ਵੀ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਫਿਲਮ ਨਹੀਂ ਲੱਗੂਗੀ ਤੁਹਾਨੂੰ ਐ ਲੱਗੂ ਜ਼ਿੰਦਗੀ ਚੱਲ ਰਹੀ ਹੈ ਮੇਰੀ ਜ਼ਿੰਦਗੀ ਚੱਲ ਰਹੀ ਹੈ ਜਾਂ ਕਿਸੇ ਮੇਰੇ ਆਪ ਦੇ ਦੀ ਜ਼ਿੰਦਗੀ ਚੱਲ ਰਹੀ ਹੈ ਕੁਝ ਵੀ ਫਾਲਤੂ ਮਸਾਲਾ ਨਹੀਂ ਪਾਇਆ ਗਿਆ ਕੁਝ ਵੀ ਫਾਲਤੂ ਕੋਈ ਮਿਊਜ਼ਿਕ ਨਹੀਂ ਕੋਈ ਫਾਲਤੂ ਡਾਇਲੋਗ ਨਹੀਂ ਆਮ ਗੱਲਾਂ ਜਿਸ ਤਰ੍ਹਾਂ ਤੁਸੀਂ ਤੇ ਮੈਂ ਹੁਣ ਗੱਲ ਕਰਦੇ ਪਏ ਆਂ ਦਿਸ ਇਜ਼ ਦਿਸ ਇਜ਼ ਅ ਪਾਰਟ ਆਫ ਫਿਲਮ ਮਤਲਬ ਤੁਹਾਨੂੰ ਐਦੇ ਲੱਗੂਗਾ ਵੀ ਆਪਾਂ ਇਦਾਂ ਨਾਰਮਲ ਗੱਲਾਂ ਚੱਲ ਰਹੀਆਂ ਨੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਪਾਈ ਲਿਬਰਟੀ ਕਹਿੰਦੇ ਹੁੰਦੇ ਨਾ ਸਿਨੇਮਾ 'ਚ ਅਸੀਂ ਲਿਬਰਟੀ ਨਹੀਂ ਲਈਏ ਵਿੱਚ ਹਾਂ ਬਸ ਇਹ ਵੀ ਅਭੀ ਥੋੜਾ ਜਿਹਾ ਪਬਲਿਕ ਲਈ ਅਸੀਂ ਵਿੱਚ ਐਂਟਰਟੇਨਮੈਂਟ ਐਕਸ਼ਨ ਹਨਾ ਇਮੋਸ਼ਨ ਹਰ ਚੀਜ਼ ਮਤਲਬ ਪਰਫੈਕਟ ਰੱਖੀ ਪਰ ਰੱਖੀ ਉਹ ਨਹੀਂ ਕਿ ਜਿੰਨੀ ਕਿ ਜ਼ਰੂਰਤ ਆ ਫਾਲਤੂ ਕੋਈ ਚੀਜ਼ ਨਹੀਂ ਆਗੀ ਮਤਲਬ ਅਜਵੇਂ ਆ ਕਹਿੰਦੇ ਵੀ ਆਟੇ 'ਚ ਨਮਕ ਚੱਲ ਜਾਂਦਾ ਵੀ ਨਮਕ 'ਚ ਆਟਾ ਨਹੀਂ ਪਾਇਆ ਜੀ 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 ਉਹਨੇ ਕਿ ਵੀ ਤੁਹਾਨੂੰ ਸਵਾਦ ਲੱਗੇ ਦੇਖਣ 'ਚ ਮਜ਼ਾ ਆਵੇ ਤੇ ਤੁਹਾਨੂੰ ਸਿੱਖਣ ਨੂੰ ਵੀ ਕੁਝ ਮਿਲੇ ਐਂਡ ਤੇ ਐਕਚੁਅਲੀ ਨਾ ਆਡੀਅנס ਆਣੀ ਬਹੁਤ ਹੋ ਗਈ ਆ ਉਹ ਕੱਲਾ ਐਂਟਰਟੇਨਮੈਂਟ ਨੇਪਾਲ ਦੀ ਉਹ ਇਹ ਵੀ ਦੇਖਦੀ ਹੈ ਕਿ ਜਦੋਂ ਮੈਂ ਵਾਪਸ ਕਰੇ ਗਿਆ ਤਾਂ ਮੈਨੂੰ ਮਿਲਿਆ ਕੀ ਫਿਲਮ ਚ ਸਿੱਟਾ ਉਹ ਕਹਾਣੀਆਂ ਦੇ ਨਹੀਂ ਹੁੰਦਾ ਮੋਰਲਸ ਸਿੱਟਾ ਵੀ ਉਹ ਕੀ ਨਿਕਲਿਆ ਸੋ ਉਹ ਬਹੁਤ ਵਧੀਆ ਤੁਹਾਨੂੰ ਮਿਲੂਗਾ ਐਂਡ ਤੇ ਵਿਦ ਫੈਮਿਲੀ ਜਾਓ ਛੋਟੇ ਬੱਚੇ ਤੋਂ ਲੈ ਕੇ ਵੱਡੀ ਉਮਰ ਦਾਦੇ ਪਰਦਾਦੇ ਤੱਕ ਸਾਰੇ ਲਈ ਇਹ ਫਿਲਮ ਹੈ ਸਭ ਲਈ ਕੁਛ ਨਾ ਕੁਛ ਮਿਲੂਗਾ ਇਹਦੇ ਵਿੱਚ ਮਤਲਬ ਸਾਰੇ ਰਿਸ਼ਤੇਾਂ 'ਚ ਕੁਛ ਨਾ ਕੁਛ ਹੈ ਹੈ ਜੀ ਹਾਂ ਜੀ ਆਪਦੇ ਜਿੰਨੇ ਤੁਸੀਂ ਘਰ 'ਚ ਰਿਸ਼ਤੇ ਤੁਹਾਡੇ ਚਾਚੇ ਤਾਏ ਮਾਮੇ ਫੁੱਫੜ ਭਤੀਜੇ ਭਾਬੀਆਂ ਦਾਇਆਂ ਚਾਚੀਆਂ ਸਭ ਲਈ ਕੁਛ ਨਾ ਕੁਛ ਇਹਦੇ 'ਚ ਹੈ ਕਿ ਰਿਸ਼ਤੇ ਨਿਭਾਉਣੇ ਕਿਵੇਂ ਨੇ ਰਿਸ਼ਤੇ ਨਿਭਾਉਣੇ ਕਿ ਜੀ ਮਤਲਬ ਇਹ ਫਿਲਮ ਨੂੰ ਹਰ ਬੰਦੇ ਨੂੰ ਇਹੀ ਲੱਗਣਾ ਕਿ ਮੇਰੀ ਕਹਾਣੀ ਚੱਲੀ ਜਾ ਜੀ ਉਹਨਾਂ ਨੂੰ ਇਦਾਂ ਹੀ ਲੱਗੂ ਉਹਨਾਂ ਨੂੰ ਫਿਲਮ ਲੱਗਣੀ ਨਹੀਂ ਉਹਨਾਂ ਨੂੰ ਐ ਲੱਗੂ ਮੇਰੇ ਘਰ ਦੇ ਵਿੱਚ ਚੱਲੀ ਜਾਂਦਾ ਹੈ ਤੁਹਾਨੂੰ ਮੈਮ ਤੁਹਾਡਾ ਕਿਵੇਂ ਰਿਆ ਐਕਸਪੀਰੀਅੰਸ ਇਸ ਫਿਲਮ ਦੇ ਵਿੱਚ ਕਿਉਂਕਿ ਮਤਲਬ ਜਿਵੇਂ ਕਹਿ ਰਹੇ ਕਿ ਕਹਾਣੀ ਤਾਂ ਘਰ ਘਰ ਦੀ ਹੈ ਪਰ ਘਰ ਘਰ ਦੀ ਕਹਾਣੀ ਵੀ ਇੱਕ ਜਿਉਣੀ ਪੈਂਦੀ ਹੈ ਜਦੋਂ ਕਿਉਂਕਿ ਫਿਲਮ ਦੇ ਵਿੱਚ ਵੱਖਰਾ ਕੁਝ ਹੁੰਦਾ ਹੈ ਬੜਾ ਕੁਝ ਹੁੰਦਾ ਤੁਹਾਨੂੰ ਇਹ ਕਿਵੇਂ ਲੱਗਿਆ ਮੇਰੇ ਲਈ ਇਹ ਫਿਲਮ ਕਰਨਾ ਬਹੁਤ ਲਾਈਕ ਵੱਡੀ ਗੱਲ ਹੈ ਬਹੁਤ ਵਧੀਆ ਵੱਡੇ ਵੱਡੇ ਨਾਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਲੱਗਦੇ ਮਿਲਿ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ ਹੀ ਮਿਲਿਆ ਬਹੁਤ ਵੱਡੀ ਗੱਲ ਹੈ ਤੇ ਜਿੱਥੇ ਤੱਕ ਗੱਲ ਆਪਾਂ ਕਰੀਏ ਕਨਸੈਪਟ ਦੀ ਕਨਸੈਪਟ ਮੈਨੂੰ ਲੱਗਦਾ ਇਦਾਂ ਦੇ ਕਨਸੈਪਟ ਬਹੁਤ ਘੱਟ ਬੰਦੇ ਨੇ ਤੇ ਰਿਐਲਿਟੀ ਬੇਸਡ ਆ ਤੇ ਸਾਡੀ ਫਿਲਮ 'ਚ ਰਿਲੇਸ਼ਨਸ਼ਿਪਸ ਦੀ ਵੈਲਿਊ ਦੱਸੀ ਗਈ ਹੈ ਕਿ ਰਿਲੇਸ਼ਨਸ਼ਿਪਸ ਕੀ ਹੁੰਦੇ ਨੇ ਤੇ ਲੋਕਾਂ ਦੀਆਂ ਚੁਲਾਕੀਆਂ ਕਰਕੇ ਕਿੱਦਾਂ ਅਸੀਂ ਆਪਣੀ ਲਾਈਫ ਖਰਾਬ ਕਰ ਲੈਂਦੇ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਇਹ ਕੁਝ ਕਨਸੈਪਟ ਹੈ ਤੇ ਮੇਰਾ ਜਿਹੜਾ ਕੈਰੇਕਟਰ ਇਸ ਫਿਲਮ ਦੇ ਵਿੱਚ ਉਹ ਹੈਗੀ ਆ ਚੰਨੀ ਚੰਨੀ ਯਾਨੀ ਵਿਕਰਮ ਜਹਾਂ ਜੀ ਉਹਨਾਂ ਦਾ ਨਇਆ ਫਿਲਮ ਦੇ ਵਿੱਚ ਵਰਿਆਮ ਤੇ ਮੈਂ ਉਹਨਾਂ ਦੀ ਵਾਈਫ ਦਾ ਰੋਲ ਪਲੇ ਕੀਤਾ ਤੇ ਚੰਨੀ ਬਹੁਤ ਹੀ ਫੈਮਲੀ ਓਰੀਐਂਟਡ ਆ ਮੈਂ ਵੀ ਉਦਾਂ ਦੀ ਆ ਰੀਅਲ ਲਾਈਫ ਚ ਤੇ ਸਭ ਤੋਂ ਵੱਡੀ ਗੱਲ ਚੰਨੀ ਅਨਪੜਾ ਜਮਾਈ ਨਹੀਂ ਪੜੇ ਲਿਖੀ ਹਾਂ ਤੇ ਉਹਦੇ ਲਈ ਉਹਦੀ ਫੈਮਲੀ ਸਭ ਕੁਝ ਆ ਇਦਾਂ ਇਦਾਂ ਦੀ ਕੁੜੀ ਆ ਚੰਨੀ ਇੱਕ ਗੱਲ ਇਹ ਵੀ ਆ ਮਤਲਬ ਜਿਵੇਂ ਤੁਸੀਂ ਕਿਹਾ ਮਤਲਬ ਜਿਵੇਂ ਜਿਵੇਂ ਅਸੀਂ ਪੜਦੇ ਜਿਆਦਾ ਜਾਣਦੇ ਆ ਕਿਤੇ ਨਾ ਕਿਤੇ ਇਹ ਰਿਸ਼ਤਿਆਂ ਤੋਂ ਵੀ ਅਸੀਂ ਥੋੜਾ ਜਿਹਾ ਦੂਰੀ ਜ਼ਿਆਦਾ ਕਿਉਂਕਿ ਇਹ ਬਣਦੀ ਜਾਂਦੀ ਲੱਗਦਾ ਤੁਹਾਨੂੰ ਵੈਸੇ ਤਾਂ ਚਲੋ ਨਿਭਾਉਣ ਦੀਆਂ ਗੱਲਾਂ ਹੁੰਦੀਆਂ ਪਰ ਇਹ ਚੀਜ਼ਾਂ ਵੀ ਕਿਤੇ ਅਸਰ ਕਰਦੀਆਂ ਇਹ ਰਿਸ਼ਤੇ ਤੋਂ ਦੂਰੀ ਨਹੀਂ ਮੈਨੂੰ ਲੱਗਦਾ ਉਹ ਦੇਚ ਸਾਡੀ ਸਮਝ ਕੰਮ ਕਰਦੀ ਹੈ ਕਿ ਅਸੀਂ ਕਿੱਥੇ ਤੱਕ ਆਪਣੇ ਰਿਲੇਸ਼ਨਸ਼ਿਪਸ ਨੂੰ ਵੈਲਿਊ ਦੇਣੇ ਆ ਮੈਨੂੰ ਲੱਗਦਾ ਅੱਜ ਕੱਲ ਲੋਕਾਂ ਚ ਇੰਨੀ ਜ਼ਿਆਦਾ ਈਗੋ ਪ੍ਰੋਬਲਮ ਹੋ ਗਈ ਹੈ ਨਾ ਜੇ ਸਾਨੂੰ ਕੋਈ ਥੋੜਾ ਜਿਹਾ ਵੀ ਕੁਝ ਕਹ ਦੇ ਨਾ ਅਸੀਂ ਬਰਦਾਸ਼ਤ ਨਹੀਂ ਕਰਦੇ ਤੇ ਉਹ ਜਿਹੜੀ ਬਰਦਾਸ਼ਤ ਦੀ ਹੱਦ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਵਿੱਚ ਤੇ ਮੈਨੂੰ ਲੱਗਦਾ ਇਹ ਚੀਜ਼ ਸਾਨੂੰ ਆਪਣੇ ਵਿੱਚ ਥੋੜੇ ਚੇਂਜਸ ਲੈ ਕੇ ਆਣੇ ਪੈਣਗੇ ਰਿਲੇਸ਼ਨਸ਼ਿਪਸ ਚੱਲਦੇ ਨੇ ਲਾਇਲਟੀ ਦੇ ਨਾਲ ਸੈਕਰੀਫਾਈਸਸ ਦੇ ਨਾਲ ਤੇ ਕਮਿਊਨੀਕੇਸ਼ਨ ਦੇ ਨਾਲ ਮਤਲਬ ਚੰਨੇ ਕਈਆਂ ਲੜਕੀਆਂ ਦੀ ਕਹਾਣੀ ਸਾਹਮਣੇ ਲੈ ਕੇ ਆਵੇਗੀ ਜਿਹੜੀਆਂ ਉਹ ਚੀਜ਼ ਹੈ ਹਾਂਜੀ ਇਸ ਫਿਲਮ ਦੇ ਨਾਲ ਮੈਨੂੰ ਲੱਗਦਾ ਹੈ ਸਭ ਨੂੰ ਬਹੁਤ ਵੱਡਾ ਮੈਸੇਜ ਮਿਲੇਗਾ ਸਪੈਸ਼ਲੀ ਫੈਮਲੀਆਂ ਨੂੰ ਲੈ ਕੇ ਰਿਲੇਸ਼ਨਸ਼ਿਪਸ ਨੂੰ ਲੈ ਕੇ ਜਿਹੜੇ ਵੀ ਸਾਡੀ ਅਨਬਨਾ ਆ ਅਸੀਂ ਆਪਣੇ ਰਿਲੇਸ਼ਨਸ਼ਿਪਸ ਖਰਾਬ ਕਰ ਲਏ ਨੇ ਛੋਟੀ ਛੋਟੀ ਚਾਹੇ ਵੱਡੀ ਵੱਡੀ ਗੱਲਾਂ ਨੂੰ ਵੀ ਲੈ ਕੇ ਤੇ ਮੈਨੂੰ ਲੱਗਦਾ ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਆਉਂਗੇ ਨਾ ਤੁਸੀਂ ਸਾਰੇ ਆਪਣੇ ਜਿਹੜੇ ਵੀ ਖਰਾਬ ਰਿਲੇਸ਼ਨਸ਼ਿਪਸ ਨੇ ਤੁਸੀਂ ਜ਼ਰੂਰ ਠੀਕ ਕਰ ਲੋਗੇ ਮਤਲਬ ਇੱਕ ਚੰਗੇ ਪਾਸੇ ਨੂੰ ਲੈ ਕੇ ਜਾਊਗੀ ਜਿਹੜਾ ਅਸੀਂ ਰਿਸ਼ਤਿਆਂ ਤੋਂ ਦੂਰ ਹੋਣਿਆ ਜਾਂ ਇੱਕ ਛੋਟੀ ਜੀ ਗਲਤੀ ਰਿਸ਼ਤੇ ਛੱਡਣ ਤੱਕ ਤਿਆਰ ਹੋ ਜਾਂਦੇ ਆ ਉਹ ਚੀਜ਼ਾਂ ਤੋਂ ਦੂਰ ਕਰੇਗੀ ਹਾਂਜੀ ਉਹ ਚੀਜ਼ਾਂ ਤੋਂ ਦੂਰ ਕਰੂਗੀ ਤੇ ਬਹੁਤ ਵੱਡਾ ਮੈਸੇਜ ਤੁਹਾਨੂੰ ਦੇ ਕੇ ਜਾਊਗੀ ਵੱਡਾ ਮੈਸੇਜ ਹਮ ਫਿਲਮ ਮਤਲਬ ਦਰਸ਼ਕ ਦੇਖੋ ਸੁਣਿਆ ਪੰਜਾਬੀ ਸਿਨੇਮਾ ਜਿਵੇਂ ਕਿ ਆ ਤਰੱਕੀ ਕਰ ਰਿਹਾ ਹੈਗਾ ਪੰਜਾਬੀ ਸਿਨੇਮਾ ਅੱਗੇ ਵਧ ਰਿਹਾ ਹੈ ਤੁਹਾਡੀ ਫਿਲਮ ਦੇ ਵਿੱਚ ਮਤਲਬ ਆਪਾਂ ਇਹ ਕੀ ਖਾਸ ਜਿਹੜਾ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਉਹ ਕਿਸ ਪੱਖ ਨੂੰ ਲੈ ਕੇ ਜਿਵੇਂ ਆਪਾਂ ਬਹੁਤ ਗੱਲਾਂ ਰਿਸ਼ਤਿਆਂ ਤੇ ਹੋਈਆਂ ਪਰ ਕੀ ਖਾਸ ਚੀਜ਼ ਹੈ ਜਿਹਦੇ ਤੇ ਲੋਕੇ ਕਹਿਣ ਕਿ ਹਾਂ ਵੀ ਜ਼ਰੂਰ ਅਸੀਂ ਦੇਖਣ ਜਾਵਾਂਗੇ ਅ ਦੇਖੋ ਜੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ 4 ਅਗਸਤ ਨੂੰ ਫਿਲਮ ਆਰੀਆ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਵਿਦ ਫੈਮਲੀ ਦੇਖ ਕੇ ਆਉਣੀ ਆ ਵਿਦ ਫੈਮਲੀ ਮੈਂ ਤਾਂ ਕਹਿ ਰਿਹਾ ਕਿ ਅਗਰ ਤੁਸੀਂ ਇੱਕ ਜੀ ਜਾ ਕੇ ਫਿਲਮ ਜਾਂ ਦੋ ਜੀ ਜਾ ਕੇ ਦੇਖ ਕੇ ਆਉਂਗੇ ਫਿਰ ਤੁਸੀਂ ਘਰ ਆ ਕੇ ਉਹ ਚੀਜ਼ ਸਮਝਾਉਣੀ ਜਾਓਗੇ ਸਾਰਿਆਂ ਨੂੰ ਵੀ ਯਾਰ ਮੈਂ ਆ ਚੀਜ਼ ਦੇਖ ਕੇ ਆਇਆ ਵਾਂ ਤੇ ਤੂੰ ਵੀ ਇਦਾਂ ਕਰੀ ਤੂੰ ਵੀ ਓਦਾਂ ਕਰੀ ਸ਼ਾਇਦ ਉਹ ਫੀਲ ਉਹ ਬੱਚੇ ਜਾਂ ਬਜ਼ੁਰਗੋ ਪਕੜ ਨਾ ਪਾਉਣ ਤੁਸੀਂ ਬੱਚਿਆਂ ਨੂੰ ਵੀ ਲੈ ਕੇ ਜਾਓ ਆਪ ਵੀ ਜਾਓ ਤੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਓ ਹੋਊਗਾ ਕਿ ਜਦੋਂ ਫਿਲਮ ਦੇਖਣਗੇ ਸਾਰੇ ਆਪਣੇ ਆਪ ਨੂੰ ਉਹਨਾਂ ਕਿਰਦਾਰਾਂ ਦੇ ਵਿੱਚ ਫੀਲ ਕਰਨਗੇ ਤਾਂ ਆਟੋਮੈਟਿਕਲੀ ਉਹਨਾਂ ਨੂੰ ਉਹ ਚੀਜ਼ ਸਮਝ ਆ ਜਾਊਗੀ ਕਿ ਯਾਰ ਮੈਨੂੰ ਆਹ ਕਰਨਾ ਚਾਹੀਦਾ ਮੈਨੂੰ ਆਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਿਸੇ ਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਪਊਗੀ ਤਾਂ ਜੇ ਮਾੜਾ ਮੋਟਾ ਵੀ ਕਿਤੇ ਕੋਈ ਫਰਕ ਹੈਗਾ ਵਾ ਤੁਹਾਡੇ ਰਿਲੇਸ਼ਨ ਦੇ ਵਿੱਚ ਅਪਲਾ ਤਾਂ ਵਾਇਗਰੂ ਕਿਸੇ ਦੇ ਪਾਵੇ ਨਾ ਪਰ ਜੇ ਹੈਗਾ ਵਾ ਤਾਂ ਆਪਣੇ ਆਪ ਆਟੋਮੈਟਿਕਲੀ ਉਹ ਸਮਝ ਜਾਣਗੇ ਤੁਹਾਡੇ ਸਮਝਾਉਣ ਦੀ ਲੋੜ ਨਹੀਂ ਪਊਗੀ ਮਤਲਬ ਜੇ ਇਕੱਲੇ-ਇਕੱਲੇ ਜਾਵਾਂਗੇ ਉੱਥੋਂ ਦੇਖ ਕੇ ਆਵਾਂਗੇ ਫਿਰ ਘਰੇ ਸਮਝਾਵਾਂਗੇ ਤਾਂ ਇਹ ਵੀ ਲੱਗਦਾ ਹੁੰਦਾ ਕਿ ਹੁਣ ਲੈਕ ਵੀਓ ਆਪ ਹੀ ਦੇਖੋ ਆਪ ਜਦੋਂ ਆਪਣੇ ਅੱਖੀਂ ਦੇਖਣਗੇ ਉਹ ਚੀਜ਼ਾਂ ਵਰਤ ਦੇ ਦੇਖਣਗੇ ਆਪਣੇ ਆਪ ਨੂੰ ਸਾਡੇ ਕੈਰੈਕਟਰ ਨੇ ਜਿਹੜੇ ਉਹਨਾਂ ਚ ਫੀਲ ਕਰਨਗੇ ਫਿਲਮ ਦੇ ਕੈਰੈਕਟਰਾਂ ਤਾਂ ਉਹਨਾਂ ਨੂੰ ਸਮਝ ਆ ਜਾਊਗੀ ਹਾਂ ਯਾਰ ਮੈਂ ਵੀ ਆਹੀ ਕਰਦਾ ਹੁੰਨਾ ਵੀ ਜਾ ਕੇ ਕਿਸੇ ਦੀ ਗੱਲ ਸੁਣ ਲੈਣਾ ਜਾਂ ਕਿਸੇ ਨੂੰ ਕਹਿ ਦਿਨਾ ਜਾਂ ਮੈਂ ਕਿਸੇ ਨੂੰ ਸਾਰੀ ਨਹੀਂ ਕਹਿੰਦਾ ਜਾਂ ਮੈਂ ਗਲਤੀ ਕਰਕੇ ਮੂਰੇ ਆਕੜ ਜਾਣਾ ਹਨਾ ਜਾਂ ਮੈਨੂੰ ਆਹ ਗਲਤੀ ਨਹੀਂ ਕਰਨੀ ਚਾਹੀਦੀ ਉਹਨੂੰ ਚੁਬਦੀ ਆ ਪਰ ਉਹ ਮੈਨੂੰ ਦੱਸਦਾ ਨਹੀਂ ਇਸ ਤਰ੍ਹਾਂ ਦੀਆਂ ਨਿੱਕੇ ਨਿੱਕੇ ਨਿੱਕੀਆਂ ਗੱਲਾਂ ਤੁਹਾਨੂੰ ਬਹੁਤ ਹਰ ਤਰ੍ਹਾਂ ਦਾ ਰਿਸ਼ਤਾ ਹੁੰਦਾ ਨਾ ਕਈਆਂ ਨੂੰ ਕਹਿਣਾ ਪਸੰਦ ਹੁੰਦਾ ਕਈ ਚੁੱਪ ਕਰ ਜਾਂਦੇ ਆ ਸੋ ਉਹ ਜਿੱਦਾਂ ਦਾ ਵੀ ਪਰਿਵਾਰ ਚ ਬੰਦਾ ਹੋਇਆ ਉਹਨੂੰ ਸਮਝ ਆ ਜੂਗੀ ਬੱਚਿਆਂ ਨੂੰ ਸਮਝ ਆ ਜੂਗੀ ਮਾਪਿਓ ਨਾ ਕਿੱਦਾਂ ਟ੍ਰੀਟ ਕਰਨਾ ਮਾਪਿਓ ਨੂੰ ਸਮਝ ਆ ਜੂਗੀ ਬੱਚਿਆਂ ਨੂੰ ਕਿੰਨਾ ਇਗਨੋਰ ਮਾਰਿਆ ਦਾਦਾ ਦਾਦੀ ਨੂੰ ਸਮਝ ਆ ਜੂਗੀ ਹੁਣ ਫਰਕ ਪੈ ਚੁੱਕਾ ਸਮਾਜ ਦਾ ਮੈਨੂੰ ਗੱਲ ਕਹਿਣ ਦਾ ਤਰੀਕਾ ਬਦਲਣਾ ਪੈਣਾ ਤੇ ਬੱਚਿਆਂ ਨੂੰ ਇਹ ਸਮਝ ਆ ਜੂਗੀ ਮਾਪਿਓ ਦੇ ਨਾਲ ਦਾਦਾ ਦਾਦੀ ਵੀ ਕੀ ਹੈ ਅਮਿਤਾ ਜੀ ਕੌਣ ਕਿੰਨਾ ਸਿਆਣਾ ਕੌਣ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਸਾਡੀ ਫਿਲਮ ਸੋ ਵਿਦ ਫੈਮਲੀ ਜਾਣਗੇ ਤਾਂ ਆਈ ਥਿੰਕ ਬੈਟਰ ਰਹੂਗਾ ਸਿਨੇਮਾ ਕਰਨਾ ਪਰਿਵਾਰ ਨਾਲ ਹੀ ਇਹਦੇ ਚ ਜਾਣ ਦੀ ਬੜੀ ਵੱਡੀਆਂ ਕਿਉਂਕਿ ਜੇ ਕੋਈ ਇੱਕ ਬੰਦਾ ਜਾਂਦਾ ਤਾਂ ਫਿਰ ਉਹ ਬਾਹਰ ਆ ਕੇ ਕਹੂਗਾ ਤਾਂ ਦੂਜਿਆਂ ਨੂੰ ਇਹੀ ਲੱਗਣਾ ਕਿ ਉਹ ਹੀ ਜਿਹੜੇ ਲੈਕਚਰ ਸਾਨੂੰ ਪਹਿਲਾਂ ਦਿੰਦੇ ਆ ਉਹ ਹੀ ਆ ਕੇ ਹੁਣ ਸਮਝਾਉਂਦੇ ਆ ਤਾਂ ਜਰੂਰ ਇਹ ਪਰਿਵਾਰ ਨਾਲ ਦੇਖਣ ਵਾਲੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਤਾਂ ਪਰਿਵਾਰ ਨਾਲ ਹੀ ਦੇਖਣ ਵਾਲੀ ਮੂਵੀ ਹੈ ਨਾਮ ਬਾਰੇ ਜਿਹੜੀ ਗੱਲਬਾਤ ਆ ਉਹ ਰੈਕਟਰ ਤੇ ਡਾਇਰੈਕਟਰ ਸਾਹਮਣੇ ਵਾਲੀ ਗੱਲਬਾਤ ਕਰਾਂਗੇ ਕਿ ਉਹ ਨਾਮ ਬੱਲੇ ਹੋਏ ਚਲਾਕ ਸੱਜਣਾ ਵੈਸੇ ਤਾਂ ਇਹ ਪੁਰਾਣਾ ਇੱਕ ਗਾਣਾ ਸੀ ਗੁਰਦਾਸ ਮਾਨ ਜੀ ਦਾ ਆਵੇਂ ਕਿਤੇ ਹੋਰ ਨਾ ਕਾਰਨ ਕਿ ਕਿ ਇਹਦਾ ਮਤਲਬ ਕੀ ਨਿਕਲੇਗਾ ਬਹੁਤ ਬਹੁਤ ਧੰਨਵਾਦ ਫਿਲਮ ਦੇ ਵਿੱਚ ਪ੍ਰਕਾਸ਼ ਜੀ ਵੀ ਨੇ ਤੇ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਸਾਡੀ ਵੀ ਕੋਈ ਇੱਜ਼ਤ ਹੈ ਕੀ ਬਾਤ ਹੈ ਸਾਡੀ ਵੀ ਕੋਈ ਬੱਲਿਓ ਚਲਾਕ ਸੱਜਣਾ ਮੇਰਾ ਡਰਕ ਮੇਰੇ ਤੋਂ ਹੋਰ ਸਨ ਉਹ ਫਿਲਮ ਦੇ ਵਿੱਚ ਤੁਹਾਡਾ ਹੁੰਦਾ ਵਾਕਿਆ ਹੀ ਵੀ ਬੱਲਿਓ ਚਲਾਕ ਸੱਜਣਾ ਤੇ ਜੇ ਤੁਹਾਡੇ ਉਹ ਕਰੈਕਟਰਾਂ ਦੇ ਹਿਸਾਬ ਨਾਲ ਇੱਕ ਟੁੱਕ ਦਾ ਜਾਂ ਨੇੜੇ ਤੇਰੇ ਜਾਂਦਾ ਕੰਮ ਉਹ ਐਂ ਗੱਲ ਹੁੰਦੀ ਹੈ ਜੀ ਜਦੋਂ ਲੋਕਾਂ ਦੀ ਗੱਲ ਲੋਕਾਂ ਚੱਲੀ ਜਾਂਦੀ ਹੈ ਨਾ ਉਹ ਹਿੱਟ ਹੋ ਜਾਂਦੀ ਹੈ ਹੁਣ ਤੁਸੀਂ ਮੈਨੂੰ ਇਹ ਬੋਲਿਆ ਕਿ ਇਹ ਸਾਡੀ ਵੀ ਕੁ ਇੱਜ਼ਤ ਹੈ ਜੀ ਇਹ ਗਰਚੇਤ ਨੇ ਜਿਹੜਾ ਮੈਨੂੰ ਡਾਇਲੌਗ ਦਿੱਤਾ ਹੈ 421 ਚ ਜੀ ਹੁਣ ਬੱਲੇ ਉਹ ਚਲਾਕ ਸੱਜਣਾ ਹਾਂਜੀ ਇਹ ਵੀ ਇੱਕ ਲੋਕ ਇਹ ਸੱਤ ਦੀ ਗੱਲ ਹੈ ਜੀ ਅਗਲਾ ਵੇਲਾ ਜਾਂ ਆਪਾਂ ਇਹ ਕਹਿ ਲਗੇ ਵੀ ਆਪਾਂ ਸੱਤ ਚ ਬੈਠੇ ਗੱਲਾਂ ਕਰੀ ਜਾਂਦੇ ਆ ਉਹ ਐ ਹੋ ਗਿਆ ਮੇਰੀ ਜ਼ਮੀਨ ਦਾ ਤੇਰੇ ਆ ਤਾਂ ਦੂਜਾ ਚ ਉੱਠ ਕੇ ਜਾਂਦਾ ਉਹ ਕਹਿੰਦਾ ਵੇਖਿਆ ਬੜਾ ਚਲਾਕ ਬਣਦਾ ਏ ਇਹ ਚਲਾ ਐ ਹੋਇਆ ਇਹ ਚਲਾਕ ਬਣਦਾ ਬੜਾ ਬਲੀ ਇਹ ਵੀ ਗੱਲ ਇਹੀ ਤੋਤੀ ਨੇ ਲਿਖੀ ਹੈ ਰੈਟਰ ਨੇ ਕਿ ਬੱਲੇ ਉਹ ਚਲਾਕ ਉਦਾਂ ਦੇ ਬਿੰਦ ਦੀ ਗੱਲ ਸੱਚ ਦੀ ਗੱਲ ਜੀ ਹਰ ਘਰ ਦੀ ਗੱਲ ਦਾ ਨਾਮ ਹੈ ਬੱਲੇਓ ਚਲਾਕ ਸੱਜਣਾ ਬੱਲੇਓ ਚਲਾਕ ਸੱਜਣਾ ਮਤਲਬ ਜਿਵੇਂ ਸੱਥਾਂ 'ਚ ਬੈ ਕੇ ਅਸੀਂ ਇੱਕ ਦੂਜੇ ਨੂੰ ਕਹਿ ਦਿੰਨੇ ਆਂ ਵੀ ਉਹਦੀ ਗੱਲ ਫੜੀ ਜਾਂਦੀ ਹੈ ਜਦੋਂ ਫੜੀ ਜਾਂਦੀ ਹੈ ਤਾਂ ਉਹਦੋਂ ਕਿ ਆਪਾਂ ਇਹ ਗੱਲ ਕਹਿੰਨੇ ਆਂ ਵੀ ਬੱਲੇਓ ਚਲਾਕ ਸੱਜਣਾ ਬਸ ਗੱਲ ਫੜੀ ਜਾਂਦੀ ਹੈ ਹਾਂ ਮਲੇ ਗੱਲ ਲੋਕਾਂ ਦੀ ਗੱਲ ਜਦੋਂ ਲੋਕਾਂ 'ਚ ਚਲੀ ਜਾਂਦੀ ਹੈ ਨਾ ਜੀ ਉਹ ਹਿੱਟ ਹੋ ਜਾਂਦੀ ਹੈ ਕੋਈ ਵੀ ਗੱਲ ਹੈ ਜੀ ਮਨਮ ਮਤਲਬ ਜਿਵੇਂ ਤੁਸੀਂ ਪਹਿਲਾਂ ਮੇਰਾ ਡਾਇਲੌਗ ਬੋਲੇ ਤਾਂ ਇਹ ਵੀ ਇੱਕੋ ਗੱਲ ਹੈ ਕਿ ਬੱਲੇਓ ਚਲਾਕ ਸੱਜਣਾ ਆਮ ਗੱਲ ਐ ਇਹਨੂੰ ਕਿਸ ਹਾਵ ਨਾਲ ਯਾਰ ਤੂੰ ਚਲਾਕ ਬਣਨਾ ਯਾਰ ਚਲਾਕ ਨਾ ਬਣ ਹੂੰ ਔਰ ਐਨ ਦੇ ਯਾਰ ਤੇਰੇ ਬੱਲੇ ਤੇਰੇ ਚਲਾਕ ਸੱਜਣਾ ਮੱਲੀ ਇਹ ਮੱਲੀ ਜੇ ਲੜਾਈ ਪੈਂਦੀ ਹੈ ਨਾ ਤੋ ਉਹਦੇ ਚ ਰਾਤ ਚ ਵੀ ਅੰਦਰ ਗੰਡਾਸ ਹੋਣਾ ਸੀ ਹੋ ਗਿਆ ਬੱਲੇਓ ਚਲਾਕ ਸੱਜਣਾ ਮੈਨੂੰ ਪਤਾ ਤੇਰਾ ਮੱਲੀ ਇਹਨੂੰ ਇਹਨੂੰ ਕਿਸ ਹਾਵ ਨਾਲ ਸੀ ਆਪਾਂ ਲੈਣਾ ਹਨ ਵਹਾਸੇ ਜੀ ਵੀ ਗਰਵੇਤ ਜੀ ਆਇਆ ਤਾਂ ਗਰਦਾਸ ਜਾਂਦਾ ਕਿ ਜਾਵੇਂ ਕਿਸੇ ਹੋਰ ਨਾਲ ਆਵੇਂ ਕਿਸੇ ਹੋਰ ਨਾਲ ਬੱਲੇਓ ਚਲਾਕ ਸੱਜਣਾ ਮੱਲੀ ਗੱਲ ਤਾਂ ਉਹ ਚੁਸਕੀ ਦੀ ਵੀ ਨਹੀਂ ਪਰ ਗੱਲ ਪਿੰਡ ਦੀ ਇੱਕ ਪਰਿਵਾਰ ਦੀ ਉਹ ਕਹਾਣੀ ਹੈ ਬਹੁਤ ਜਿਹੜੀ ਗੁੰਦੀ ਗਈ ਹੈ ਔਰ ਰਾਇਲ ਜਿਵੇਂ ਮੈਂ ਪਹਿਲਾਂ ਕਿਹਾ ਛੋਟੀ ਉਮਰ ਦੇ ਡਾਇਰੈਕਟਰ ਬਹੁਤ ਕਾਮਯਾਬ ਹੋ ਰਹੇ ਨੇ ਉਹ ਮੁੰਡੇ ਨੇ ਬਹੁਤ ਹੀ ਸਤੋਂ ਅੱਛਾ ਕੰਮ ਲਿਆ ਸਾਨੂੰ ਤੋੜਿਆ ਮੈਨੂੰ ਤਾਂ ਕਿਤੋਂ ਨਾ ਕਿਤੋਂ ਮੈਂ ਸੋਚਦਾ ਰਹਿਆ ਨੂੰ ਕਿਤੋਂ ਕਿਤੋਂ ਮਿਲੇ ਉਹ ਛੋਟੀ ਉਮਰ ਤੇ ਡਾਇਰੈਕਟਰ ਜਿਵੇਂ ਕਰਾਉਂਦੇ ਨੇ ਜੀ ਤਾਂ ਅੱਛਾ ਮੈਨੂੰ ਮਿਲਿਆ ਕਿ ਯਾਰ ਐ ਆਉਣਾ ਐ ਵਹੀ ਕਰੂ ਕਰੇ ਫਿਲਮ ਲਾਈਵ ਚੱਲੂਗੀ ਤੁਹਾਡੇ ਸਾਹਮਣੇ ਉਹ ਨਹੀਂ ਹੋਊਗੀ ਫਿਲਮ ਨਹੀਂ ਹੋਊਗੀ ਲਾਈਵ ਕਾਣੀ ਚੱਲੂਗੀ ਮਤਲਬ ਜਿਵੇਂ ਪਹਿਲਾਂ ਗੱਲ ਕੀਤੀ ਵਿਕਰਮ ਬਾਈ ਨਾਲ ਕਿ ਐ ਲੱਗੂਗਾ ਵੀ ਬੰਦਾ ਹਰ ਬੰਦਾ ਵੀ ਜ਼ਿੰਦਗੀ ਜਿਉਂ ਰਿਆ ਜੀ ਬਿਲਕੁਲ ਜੀ ਸਾਰੇ ਜਿਵੇਂ ਹੁਣ ਵਿਕਰਮ ਥੀਏਟਰ ਦਾ ਬਹੁਤ ਅੱਛਾ ਐਕਟਰ ਹੈ ਜੀ ਦੂਜਾ ਬਾਈ ਸਾਡਾ ਹੀਰੋ ਜਿੰਦਰਜੀ ਉਹ ਬਹੁਤ ਗਣਾ ਹਨਾ ਕੁੜੀਆਂ ਦੋਨੇ ਇੱਕ ਇੱਕ ਐਕਟਰ ਹਨਾ ਸਖਰਾਜ ਰਾਜ ਕਹ ਲੋ ਜਾਂ ਨਰਮ ਰਿਸ਼ੀ ਜਾਂ ਰਾਜ ਪੈਂਜੀ ਰੂਪੀ ਸਾਰੇ ਹੀ ਐਕਟਰ ਇੱਕ ਤੋਂ ਇੱਕ ਚੜਦੇ ਆ ਬੁੱਲਰਸ ਆਪ ਦਾ ਆਪ ਦਾ ਵਧੀਆ ਕੰਮ ਕੀਤਾ ਔਰ ਰਾਇਲ ਨੇ ਬਹੁਤ ਅੱਛਾ ਕੰਮ ਲਿਆ ਨਾ ਤੁਹਾਡਾ ਮਤਲਬ ਜੇ ਮਤਲਬ ਸੰਖੇਪ ਚ ਤੁਹਾਡਾ ਰੋਲ ਕਿਸ ਤਰੀਕੇ ਦਾ ਮੇਰਾ ਰੋਲ ਜਿਵੇਂ ਮੈਨੂੰ ਨਾ ਮੈਨੂੰ ਰੋਲ ਦਿੱਤਾ ਗਿਆ ਵੀ ਪਿੰਡਾਂ ਚ ਡੱਗੀ ਵਾਲੇ ਕੱਪੜੇ ਨਹੀਂ ਵੇਚਦੇ ਹਾਂ ਹਾਂ ਉਹ ਉਹ ਅਮਤ ਲਈ ਹੈ ਨਾ ਉਹਨੂੰ ਮੈਂ ਆਪਣੇ ਆਪ ਜਿਨਵਾਇਆ ਵੀ ਸ਼ਾਇਦ ਉਹ ਵੀ ਮੈਂ ਮੇਰੇ ਚ ਕਾਹਤਾ ਵੀ ਜਦੋਂ ਮੈਨੂੰ ਰੋਲ ਦਿੱਤਾ ਜਾਂਦਾ ਨਾ ਮੈਂ ਮੈਂ ਆਪਦੇ ਕਰੈਕਟਰ ਨਾਲ ਨਾ ਅੱਖਰਾਂ ਵਿੱਚ ਖੇਡਦਾ ਬਹੁਤ ਮੈਨੂੰ ਐਂ ਕਰਾਂ ਜਾਂ ਐਂ ਕਰਾਂ ਦੇ ਮਤਲਬ ਯਾ ਨਾ ਤੇ ਇਹਨੂੰ ਐਂ ਕਰਾਂ ਜਾਂ ਇੱਥੇ ਆ ਪ੍ਰੋਪਰਟੀ ਵਰਤਾਂ ਤੂਦੇ ਚ ਮੈਂ ਉਹ ਮਤਲਬ ਇੱਕ ਉਹ ਸਾਡੇ ਇੱਕ ਮਤਲਬ ਸੀਦਾ ਬਗਾ ਬੰਦਾ ਪਰ ਉਹ ਸੰਤ ਕਰਾੜ ਬੋਲਦੇ ਸਨ ਜੀ ਮੈਂ ਕਈ ਪਹਿਲਾਂ ਦਾ ਸੀ ਉਹ ਬਹੁਤ دیر ਦਾ ਆਉਂਦਾ ਸੀ ਮੇਰੀ ਮਾਂ ਕੋਲੇ ਵੀ ਉਹਨਾਂ ਤੇ ਬੁੜੀਆਂ ਨੇ ਆਲੇ ਦੋਲੇ ਬਹਿ ਜਾਣਾ ਵੇ ਸੰਤ ਆ ਦੇਈ ਵੇ ਸੰਤ ਪੋਸ਼ਕੀ ਦੇਦੇ ਵੇ ਸੰਤ ਮੈਂ ਛੋਟੇ ਜਿਹੇ ਤੋਂ ਹੁੰਦਾ ਉਹ ਬੰਦਾ ਬਹੁਤ ਰਿਆ ਕੋਈ ਇਹ ਜਿਹਾ ਕਰਨੀ ਨਹੀਂ ਦਿੱਤੇ ਨਹੀਂ ਗਿਆ ਉਹਦਾ ਧਾਰ ਵੀ ਚੱਲਦਾ ਸੀ ਜੀ ਚੱਲਦਾ ਚੱਲਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਉਹ ਆਸ਼ਕੀ ਕਰਦਾ ਸੀਗਾ ਤੇ ਇਹ ਗੱਲ ਹੋਰ ਗਵੇ ਮੇਰਾ ਮੰਨ ਕੋਈ ਇਹ ਜੀ ਹੁੰਦੇ ਸੀ ਤੇ ਮੇਰਾ ਕਰੈਕਟਰ ਉਹ ਹੈਗਾ ਵੀ ਜਿਹੜਾ ਬੰਦਾ ਕਰ ਕਰਤਾ ਜਾਂਦਾ ਉਹ ਚਾਰ ਬੁੜੀਆਂ ਦੀ ਚੁਗਲੀ ਸੁਣ ਕੇ ਤੇ ਕਰਦਾ ਤਾਂ ਗੱਲ ਹੈ ਸੁਭਾਵਕ ਜੀ ਤੇ ਉਹਦੀ ਗੱਲ ਤਾਂ ਬਹੁਤ ਵੱਡਾ ਬਤੰਗੜ ਬਣ ਜਾਂਦਾ ਤੇ ਉਹ ਕੱਪੜੇ ਵੇਚਣ ਵਾਲਾ ਇੱਕ ਇਨਸਾਨ ਹੈ ਜਿਹੜਾ ਗਾਜ ਨਾਲ ਮਿਲਕੇ ਜਾਂਦਾ ਗਾਜ ਕਿਤੇ ਜਨਾਨੀ ਦੇ ਲੱਗ ਵੀ ਜਾਂਦਾ ਪੁਲਿੱਕੇ ਜਿਆ ਕਰਕੇ ਉਹਦੀ ਗਾਜ ਨਾਲ ਉਹਦਾ ਭਾਈ ਜਿਵੇਂ ਉਹਨੂੰ ਮਤਲਬ ਲੱਗੂ ਗਈ ਫਿਰ ਕੀ ਏਦਾਂ ਦਾ ਕਰੈਕਟਰ ਹਾਂ ਮਤਲਬ ਇੱਕ ਗੱਲ ਹੁੰਦਾ ਜਿਹੜਾ ਮਤਲਬ ਆਮ ਆਪਣੇ ਪਿੰਡਾਂ 'ਚ ਡੱਗੀ ਵੇਚਣ ਵਾਲਾ ਹੁੰਦਾ ਉਹ ਬੇਸ਼ੱਕ ਬਾਹਰੋਂ ਆਉਂਦਾ ਹੁੰਦਾ ਪਰ ਪਿੰਡ ਦਾ ਹੀ ਬਣ ਕੇ ਬਣ ਜਾਂਦਾ ਬੰਦਾ ਤੇ ਮੈਂ ਕਹ ਦੱਗੀ ਰਾਤ ਨੂੰ ਕਈ ਵਾਰ ਡੱਗੀ ਉਹ ਦਰਵਾਜ਼ੇ ਠਲ ਕੇ ਤੇ ਮਲੋੜ ਜਾਂਦਾ ਸੀ ਤੇ ਤੜਕੇ ਆ ਕੇ ਡੱਗੀ ਫੇਰ ਉਹ ਮਤਲਬ ਉਹ ਖੋਲ ਲੈਣੀ ਯਾਰ ਗਾਜੇ ਦੇ ਵਿੱਚ ਟੰਗਿਆ ਹੁੰਦਾ ਤੇ ਉੱਥੇ ਵਾ ਤੜਕੇ ਮਤਲਬ ਦੂਰੋਂ ਆਵਾਜ਼ ਆਣੀ ਚੀਟਾਂ ਲੈ ਪੁਸ਼ਕੀਆਂ ਲੈ ਬਾਪੜਾ ਕੱਦਰ ਲੈ ਟਰੀਗੜ ਲੈ ਉਹਦੇ ਸੰਤ ਕਰੜ ਆ ਗਿਆ ਵਾ ਬੋਲੋ ਤੇ ਉਹ ਉੱਥੇ ਪੱਜਾ ਜਾਂਦਾ ਤਾਲਵਾਤ ਆਏ ਸੰਤ ਮੈਂ ਬੇਨੇ ਸੱਦਿਆ ਉਹ ਨਵੇਂ ਨਿਕਸ ਵਗ ਦੇਊਗੀ ਛੋਟੇ ਜਿਹੇ ਤੋਂ ਹੁੰਦਾ ਬਾਤ ਲੰਬਾ ਪਾਰੀ ਖੇਡੀ ਸਾ ਮੇਰੇ ਪਿੰਡ ਝੋੜਣਾ ਚੋਣੇ ਮੈਂ ਕਹਿ ਸਕਦਾ 30 35 ਸਾਲੀ ਖੇਡੀ ਤਾਂ ਇੰਨੀ ਲੰਬੀ ਪਾਰੀ ਖੇਡੀ ਦਮ ਵਰਦੇ ਦਮ ਤੱਕ ਹੋ ਰਿਆ ਇਹਨਾਂ ਲੋਕ ਨਰਮੇ ਵਾਲੀਆਂ ਚਾਦਰਾਂ ਚ ਉਦਰਾ ਉਹਨਾਂ ਦਾ ਲੈ ਹਾਂ ਵੇ ਸੰਤ ਪਹਿਲਾਂ ਹੀ ਦੇ ਦੇਣਾ ਆ ਕੇ ਕਰਕੇ ਮੈਨੂੰ ਲੈ ਕੇ ਆਉਂਗਾ ਨਾ ਪਰ ਉਹ ਮਤਲਬ ਬੜਾ ਭਲਾ ਮਾਨਸ ਵਧੀਆ ਇਨਸਾਨ ਸੀ ਉਹਦੀ ਪੂਰੀ ਗਹਿ ਘੱਟ ਸਾਡੇ ਪਿੰਡ ਨਾਲ ਕਰ ਕਰ ਇੱਕ ਸਾਂਹ ਸੀਗੀ ਫਿਰ ਇਹ ਵੀ ਸੀ ਵੀ ਚੱਲ ਲਿਖ ਲਿਆ ਆ ਲੈ ਲਿਆ ਕੋਈ ਨਹੀਂ ਕਣਕਾਂ ਵੇਲੇ ਪੈਸੇ ਦੇ ਦਿਓ ਇਹ ਇਹ ਲੋਕ ਸਾਡੇ ਸਾਂਝ ਦੇ ਆ ਬਣ ਜਾਂਦੇ ਨੇ ਕਿ ਦੇ ਕਣਕਾਂ ਵੇਲੇ ਦੇ ਦਿਓ ਅੰਦਰ ਝੋਨਾ ਹੀ ਹੁੰਦਾ ਮਾਹ ਕਣਕ ਨਰਮਾ ਉਹਦਾ ਮੇਰਾ ਮੇਰਾ ਏਰੀਆ ਜਿਹੜਾ ਨਰਮੇ ਦਾ ਠੀਕ ਹੈ ਲੈ ਸੰਤ ਭਾਈ ਤੈਨੂੰ ਆ ਦੇਵਾਂਗੇ ਕਈ ਬੁੜੀਆਂ ਦਾ ਇਹ ਵੀ ਸੀ ਉਹਨੂੰ ਪਤਾ ਵੀ ਆਹ ਆ ਪਰਿਵਾਰ ਆ ਜਿਹੜਾ ਚੋਰੀਆਂ ਕਣਕ ਵੇਚ ਕੇ ਮੈਨੂੰ ਦੇਣਗੇ ਹਨਾ ਕੱਪੜੇ ਬਣਾਉਣੇ ਤਾਂ ਮੇਰਾ ਮਤ ਉਹ 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 ਇੱਕ ਉਹ ਇੱਕ ਪਰਿਵਾਰਕ ਮੈਂਬਰ ਬਣ ਜਾਂਦਾ ਮਤਲਬ ਇੱਕ ਇਹ ਵੀ ਚੀਜ਼ ਆ ਵੀ ਜਿਹੜੀਆਂ ਚੀਜ਼ਾਂ ਇੱਕ ਘਟ ਮਤਲਬ ਹੁਣ ਜਿਵੇਂ ਅਸੀਂ ਆਨਲਾਈਨ ਸਿਸਟਮ ਆ ਗਿਆ ਇਹ ਡੱਗੀਆਂ ਇਹ ਚੀਜ਼ਾਂ ਕਿਤੇ ਨਾ ਕਿਤੇ ਬੇਸ਼ੱਕ ਅੱਜ ਪਿੰਡਾਂ 'ਚ ਆਉਂਦੇ ਜਰੂਰ ਐ ਪਰ ਉਹ ਕਲਚਰ ਦਾ ਹਿੱਸਾ ਤੋਂ ਦੂਰ ਹੁੰਦੇ ਜਾਂਦੇ ਕਿਤੇ ਇਹ ਚੀਜ਼ਾਂ ਉਹ ਵੀ ਦਿਖਾਉਣੀਆਂ ਗਿਆ ਕਲਚਰ ਨੂੰ ਵੀ ਤਾਂ ਦਿਖਾਉਣੀਆਂ ਅੱਜ ਵਾਲੇ ਬੱਚਿਆਂ ਨੂੰ ਥੋੜਾ ਪਤਾ ਕਿ ਅੱਜ ਵਾਲੇ ਬੱਚਿਆਂ ਨੂੰ ਅੱਜ ਵਾਲੇ ਬੱਚੇ ਮਾਲ 'ਚ ਜਾਂਦੇ ਆ ਕਿ ਮਾਲ 'ਚ ਉਹ ਟੀ-ਸ਼ਰਟ ਲੈਂਦੇ ਆ ਹਨਾ ਤੇ ਉਹ ਉਹ ਕਲਚਰ ਤੋਂ ਉਹ ਕਦੇ ਵੀ ਨੂੰ ਸੋਚਣ ਕਿ ਬੱਚੇ ਜਿਹੜੇ ਅੱਜ ਜਿਹੜਾ 10 ਸਾਲ ਦਾ ਬੱਚਾ ਸੋਚੂ ਕਿ ਕੱਪੜੇ ਐ ਵੀ ਵਿੱਚ ਜਾਂਦੇ ਸੀ ਉਹ ਆਜਾਉਣੀ ਦੁਪਹਿਰੇ ਆਵਾਜ਼ ਆਉਣੀ ਦਰਵਾਜ਼ੇ 'ਚ ਬੈਠ ਜਾਣਾ ਜੀ ਆਲੇ ਦੁਆਲੇ ਦਾਦਾ ਬੁੜੀਆਂ ਨੇ ਆਹ ਲੈ ਲਾ ਤੂੰ ਆਹ ਬੋਸ਼ ਕੀ ਲੈ ਲੈ ਤੇ ਉਹ ਅੱਛਾ ਮੈਨੂੰ ਇਹ ਵੀ ਗਿਲਾ ਹੁੰਦਾ ਸੀ ਉਹ ਕਹਿੰਦਾ ਮੈਂ ਫਲਾਨੀ ਤਾਂ ਵੇਚਣ ਗਿਆ ਸੀ ਮੇਰਾ ਸੂਟ ਹੀ ਲਕੋ ਲਿਆ ਕਿਸੇ ਨੇ ਪਤਾ ਨਹੀਂ ਲੱਗਾ ਬੋਸ਼ ਕੀ ਪਤਾ ਨਹੀਂ ਕਿਧਰ ਗਿਆ ਮੈਂ ਕਿਹੜੇ ਵਜਾਂ ਮੇਰੇ ਮਦਰ ਕੋਈ ਹੋਰ ਆ ਗਿਆ ਬਣੀ ਬੋਸ਼ ਕੀ ਪਤਾ ਨਹੀਂ ਕੀ ਦਾ ਬਿੜਾ ਪੈ ਗਿਆ ਚੱਕ ਲੈ ਦੱਸ ਮੈਂ ਕੋਈ ਮੈਂ ਗੁਰਾ ਦੇਣੀ ਉਹ ਬਦਲੀ ਮੈਂ ਉਹਦੀ ਨਕਲ ਵੀ ਲਾ ਸਕਦਾ ਉਹ ਚੰਗਾ ਇਨਸਾਨ ਸੀਗਾ ਤੇ ਉਹਨੇ ਕਿਸੇ ਨੇ ਕੱਪੜਾ ਵੀ ਲਕੋ ਲੈਣਾ ਵਿੱਚੋਂ ਹਨਾ ਉਹਦੇ ਨਾਲ ਇਹ ਵੀ ਗੱਲਾਂ ਹੁੰਦੀਆਂ ਸੀਗੀਆਂ ਤੇ ਬਹੁਤ ਮਤਲਬ ਇਹ ਇਹ ਭੁੱਲ ਗਏ ਬੱਚੇ ਭੁੱਲ ਗਏ ਜੀ ਹਾਂ ਸਾਡੇ ਪਿੰਡਾਂ ਦਾ ਇਹ ਵੀ ਸੀ ਪੰਜ ਬੰਦਾ ਬਾ ਚਾਹ ਪਾਣੀ ਦਾ ਤਾਂ ਪੱਕਾ ਹੀ ਹੁੰਦਾ ਸੀ ਨਾ ਕਈ ਘਰਾਂ ਚ ਵੀ ਉੱਥੇ ਜਾ ਕੇ ਉਹਨੂੰ ਮਿਲਣਾ ਹੀ ਮਿਲਣਾ ਉਹਦਾ ਹੰਡੜਾ ਰੋਟੀ ਵੀ ਖਾ ਕੇ ਥੋੜਾ ਹੁੰਦਾ ਸੀ ਅੱਜ ਰੋਟੀ ਕਾਣੀ ਉੱਥੇ ਚੰਗਾ ਜੀ ਪੈਂਜੀ ਚੱਲਿਆ ਮੈਂ ਇਦਾਂ ਦਾ ਬੰਦਾ ਸੀ ਉਹ ਹਾਂ ਸ਼ਖਸ ਇਹ ਤੁਹਾਡੇ ਅਮੀਰ ਸੱਭਿਆਚਾਰ ਵੀ ਅਸੀਂ ਜਿਹੜੀਆਂ ਰੋਟੀਆਂ ਚਾਹਾਂ ਇਹ ਤਾਂ ਸਾਡੇ ਮਤਲਬ ਕੋਈ ਕੋਈ ਆਜੇ ਕੁਝ ਇਹ ਆਵਾਜ਼ ਇਹ ਵਾਜਾਂ ਪੁੱਲ ਗਏ ਸਾਡੇ ਮੇਰੇ ਹੁਣ ਯਾਦ ਆ ਗਈ ਜੀ ਮੈਂ हट ਕੇ ਗੱਲ ਕਰ ਸਾਡੇ ਲੱਧੂ ਲੱਧੂ ਹੁੰਦਾ ਸੀ ਠੀਕ ਹੈ ਜੀ ਓਏ ਮਾਈ ਗੋਡ ਉਹਨੇ ਮੇਰਾ ਬਹੁਤ ਵੱਡਾ ਉਹਨੇ ਚਾਰ ਕਵਾਜਾਂ ਦੇਣੀਆਂ ਜੀ ਉਹਨੇ ਪਤਾ ਨਹੀਂ ਕੀ ਹੈ ਕਰਨ ਓਏ ਪਿੰਡਾਂ ਵਾਲਿਓ ਨੰਬਰਦਾਰੋ ਫੁਲਾਨਿਆਂ ਦੀ ਮੱਝ ਗਵਾਚ ਗਈ ਐ ਜੇ ਕੋਈ ਨੇ ਵੇਖਿਓ ਦੱਸ ਦਿਓ ਕੱਸੀ ਦੀ ਵਾਜ ਦੇਣੀ ਹਟ ਅ ਨੰਬਰਦਾਰੋ ਪਿੰਡਾਂ ਵਾਲਿਓ ਕਸੀ ਸਵਾਰਨੀਆਂ ਪਾਈ ਤੜਕੇ ਜਾਂਦੇ ਰਹੋ ਓਏ ਕੀ ਆਵਾਜ਼ ਯੋਦੀ ਕਹਿੰਦੇ ਲੱਦੂ ਉਹ ਪੰਜ ਕਵਾਜਾਂ ਹੀ ਦਿੰਦਾ ਸੀ ਉਹਦੀ ਆਵਾਜ਼ ਸੀ ਉਹਦਾ ਉੱਚਾ ਲੰਮਾ ਕੱਦ ਉਹ ਅੰਨਾ ਸੀ ਮੈਂ ਅੱਜ ਵੀ ਵਖਿਆ ਛੋਟਾ ਜਿਹਾ ਉਹਦੀ ਡੰਗੂਰੀ ਫੜ ਕੇ ਉਹਦਾ ਪੋਤਰਾ ਉਹਨੂੰ ਲੈ ਆਵਾਜ਼ ਦਿੰਦਾ ਸੀ ਬਹੁਤ ਉਹ ਵੀ ਮੇਰੇ ਦਿਲ ਤੇ ਉਕਰੀ ਹੋਈ ਆਵਾਜ਼ ਆਦੀ ਉਹ ਬੰਦੇ ਲੱਦੂ ਉਦਨ ਅਸੀ ਲਾ ਦੂ ਉਹ ਇਹ ਗੱਲਾਂ ਪਿੰਡਾਂ ਵਾਲਿਆਂ ਨੂੰ ਇਹ ਅੱਜ ਦੇ ਬੱਚਿਆਂ ਨੂੰ ਗੱਲਾਂ ਦਾ ਥੋੜਾ ਪਤਾ ਗੱਡੀਆਂ ਵਾਲਿਆਂ ਨੇ ਗੱਲਾਂ ਥੋੜਾ ਪਤਾ ਹਨਾ ਉਹ ਰੇੜੇ ਲੈਂਦੀਆਂ ਹਨਾ ਹਨਾ ਬਾਕੀ ਜਿਹੜੇ ਉਹ ਚੀਜ਼ਾਂ ਵੇਚਦੇ ਨੇ ਇਹ ਨਹੀਂ ਪਤਾ ਨਾ ਉਹ ਛਲਿਆਂ ਨਾਲ ਨਾ ਉਹ ਵੇਖਣ ਦਾ ਪਤਾ ਵੀ ਉਹ ਲੈ ਉਹ ਕਰਕੇ ਹਨਾ ਗੇੜੀ ਜਾਂਦੇ ਹਨਾ ਵਿਕ ਕੇ ਨੇ ਮਾ ਮਾਲ ਨਹੀਂ ਵੇਖੋ ਜੀ ਕੁਮਾਰ ਦੇਖੋ ਦਾਰਾ ਸਿੰਘ ਦੇਖੋ ਉਮਰੂ ਦੇਖਦੇ ਜੀ ਨਨ ਕੁਲਫੀਆਂ ਮਰਾ ਮਤਲਬ ਸੱਭਿਆਚਾਰ ਉਹ ਸ਼ੁਕਰ ਹੈ ਕਿ ਅਸੀਂ ਉਹ ਚੀਜ਼ਾਂ ਵੇਖ ਕੇ ਇਹ ਜਗ੍ਹਾ ਤੇ ਬਿਲਕੁਲ ਬਿਲਕੁਲ ਯਾ ਇੱਕ ਗੱਲ ਬਾਈ ਜਿਵੇਂ ਮੈਂ ਪੋਸਟਰ ਅਸੀਂ ਦੇਖ ਰਹੇ ਹਾਂ ਕਹਾਣੀ ਤੁਹਾਡੀ ਹੈ ਮਤਲਬ ਜਿਵੇਂ ਸੱਭਿਆਚਾਰ ਦੀ ਗੱਲ ਕੀਤੀ ਇਸ ਪੋਸਟਰ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਪੁਰਾਣਾ ਸੱਭਿਆਚਾਰ ਤੇ ਦਿਖਾਈ ਦਿੰਦਾ ਜੀ ਹਾਂ ਅਸੀਂ ਆਪਣਾ ਕਿਸੇ ਪੀਰੀਅਡ ਦੀ ਗੱਲ ਕਰ ਰਹੇ ਹਾਂ ਬਹੁਤ ਜ਼ਿਆਦਾ ਪਿੱਛੇ ਦੀ ਵੀ ਨਹੀਂ ਕਿ ਮਤਲਬ ਅਸੀਂ ਬਹੁਤ ਜ਼ਿਆਦਾ ਹਾਂ ਅਸੀਂ ਸਾਨੂੰ 2005 ਤੱਕ ਦੀ ਗੱਲ ਰੱਖੀ ਹੋਈ ਹੈ ਜਾਂ ਕਹਿ ਲੋ ਕਿ 99 ਤੋਂ ਲੈ ਕੇ ਆਪਣਾ 2005 ਤੱਕ ਦਾ ਅਸੀਂ ਵਿਸ਼ਾ ਜ ਇਥੋਂ ਤੱਕ ਦਾ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਉਸ ਤਰ੍ਹਾਂ ਦੇ ਕਰੈਕਟਰ ਨੇ ਜਿਹਾ ਜਿਵੇਂ ਹੁਣ ਪ੍ਰਕਾਸ਼ ਭਾਈ ਨੇ ਦੱਸਿਆ ਕਿ ਮਤਲਬ ਡੱਗੀ ਵਾਲਾ ਹੁੰਦਾ ਸੀ ਜਾਂ ਪਿੰਡ ਦੇ ਵਿੱਚ ਜਿਨ੍ਹਾਂ ਦੇ ਨਾਲ ਔਰਤਾਂ ਨਾਲ ਜ਼ਿਆਦਾ ਬਾਹਰ ਡੱਗੀ ਵਾਲੇ ਦਾ ਪੈਂਦਾ ਕਿਉਂਕਿ ਸੂਟਾਂ ਸਾਟਾਂ ਦਾ ਮੰਦਾ ਮਸਲਾ ਚੱਲਦਾ ਰਹਿੰਦਾ ਫਿਰ ਸਬਜੀ ਵਾਲੇ ਦਾ ਹਮ ਸਬਜੀ ਵਾਲੇ ਨੇ ਵੀ ਜਾਣਾ ਹੁੰਦਾ ਤੇ ਔਰਤਾਂ ਨੇ ਸਬਜੀ ਲੈਣੀ ਹੁੰਦੀ ਹੈ ਬੰਦੇ ਤਾਂ ਨਹੀਂ ਤੁਸੀਂ ਦੇਖਿਆ ਹੋਣਾ ਵੀ ਬੰਦੇ ਬਾਹਰ ਨਿਕਲ ਕੇ ਸਬਜੀ ਲੈ ਰਹੇ ਜਿਆਦਾਤਰ ਤੇ ਔਰਤਾਂ ਔਰਤਾਂ ਸਬਜੀ ਲੈਂਦੀਆਂ ਹਨਾ ਉਹਨਾਂ ਤੋਂ ਤੇ ਇਹ ਜਿਹੜੀ ਸਾਡੇ ਕਰੈਕਟਰ ਨੇ ਇਹ オリジナル ਕਰੈਕਟਰ ਨੇ ਹੁਣ オリジナル ਗੱਲ ਹੈ ਨਾ ਕਿ ਡੱਗੀ ਵਾਲਾ ਵੀ ਔਰਤਾਂ ਦੇ ਨੇੜੇ ਆ ਸਬਜੀ ਵਾਲਾ ਵੀ ਔਰਤਾਂ ਦੇ ਨੇੜੇ ਆ ਤੇ ਉਹ ਜਿਹੜੇ ਔਰਤਾਂ ਦੇ ਨੇੜੇ ਆ ਉੱਥੋਂ ਫਿਰ ਜਿਹੜੀਆਂ ਉਹ ਔਰ ਤਾਂ ਆਪਸ ਵਿੱਚ ਚੁਗਲੀਆਂ ਕਰਦੀਆਂ ਫਿਰ ਇੱਕ ਕੈਚ ਕਰਦੇ ਅਸੀਂ ਜੀ ਕੈਚ ਕਰਕੇ ਫਿਰ ਇੱਕ ਅਸੀਂ ਜਿੱਦਾਂ ਪਿੱਛੇ ਪੋਸਟਰ ਤੇ ਹੈਗੇ ਨੇ ਸਾਡੇ ਮਿੰਟੂ ਮਲਵਾਈ ਜੀ ਔਰ ਇੱਕ ਟੈਂਪੂ ਵਾਲਾ ਜਸਵਿੰਦਰ ਮਕੜੋਣਾ ਜੀ ਜੀ ਉਹ ਦੋ ਕਰੈਕਟਰ ਉੱਪਰ ਨੇ ਸੱਤੂ ਫੱਤੂ ਹਨਾ ਜੀ ਇੱਕ ਚਾਹ ਵਾਲਾ ਇੱਕ ਨਾਈ ਹੈ ਇਹ ਸਾਰੇ ਜਿਹੜੇ ਕਰੈਕਟਰ ਹਨਾ ਜੀ ਫਿਰ ਉਹ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਠੀਕ ਹੈ ਉਹ ਫਿਰ ਜਿਹੜੇ ਪਿੰਡਾਂ ਦੇ ਵਿੱਚੋਂ ਤੁਸੀਂ ਚੁਗਲੀਆਂ ਇਕੱਠੀਆਂ ਕਰਦੇ ਸਾਰੀਆਂ ਫਿਰ ਉੱਥੇ ਡਿਸਕਸ਼ਨ ਹੁੰਦੀ ਹੈ ਉੱਥੇ ਪ੍ਰੋਪਰ ਬੈਠਕ ਲੱਗਦੀ ਹੈ ਇੱਕ ਉਹ ਜਿਹੜੀ ਬੈਠਕ ਲੱਗਦੀ ਹੈ ਉਹੀ ਸਾਡੀ ਫਿਲਮ ਨੂੰ ਅੱਗੇ ਤੋਰਦੀ ਹੈ ਜੀ ਬੱਲੇ ਉਹ ਚਲਾਕ ਸੱਜਣਾ ਨੂੰ ਅੱਗੇ ਤੋਰਦੀ ਹੈ ਇਹ ਭਾਈ ਮਤਲਬ ਇਸ ਇਹ ਇੱਕ ਕਹਾਣੀ ਕਿਵੇਂ ਲੱਗਿਆ ਸੋਚੀ ਕਿਵੇਂ ਵੀ ਇਹ ਮਤਲਬ ਇਹ ਵੀ ਮਤਲਬ ਲਿਖਣੀ ਚ ਇਹ ਬਾਈ ਜਿਵੇਂ ਆਮ ਹੀ ਉਹੀ ਗੱਲਾਂ ਨੇ ਕਿ ਇਹ ਹੁਣੇ ਤੁਹਾਨੂੰ ਮੈਂ ਦੱਸ ਕਟਾਂ ਵੀ ਇਹ ਆਮ ਆਮ ਹੀ ਕੈਰੈਕਟਰ ਨੇ ਤੇ ਇਹਨਾਂ ਦੇ ਕੈਰੈਕਟਰਾਂ ਦੇ ਵਿੱਚੋਂ ਹੀ ਕਹਾਣੀ ਇਹ ਨਿਕਲੀ ਹੈ ਕਿ ਜਿਵੇਂ ਮੰਨ ਲਓ ਕਿਸੇ ਪਿੰਡ ਦੇ ਵਿੱਚ ਦੋ ਸਕੇ ਭਰਾ ਤੇ ਦੋ ਸਕੀਆਂ ਭੈਣਾਂ ਦਾ ਉਹਨਾਂ ਨੂੰ ਰਿਸ਼ਤੇ ਹੋਗੇ ਠੀਕ ਹੈ ਜੀ ਸਕੇ ਭਰਾਵਾਂ ਨੂੰ ਸਕੀਆਂ ਭੈਣਾਂ ਇੱਕ ਇੱਕ ਘਰ ਦੇ ਵਿੱਚ ਆ ਗੀਆਂ ਹੁਣ ਉਹ ਜਿਹੜੇ ਸਕੀਆਂ ਭੈਣਾਂ ਇੱਕ ਇੱਕ ਘਰ ਚ ਆ ਗੀਆਂ ਪਹਿਲਾਂ ਤਾਂ ਉਹ ਭੈਣਾਂ ਸਗੀਆਂ ਹੁਣ ਉਹ ਦਰਾਨੀ ਜਠਾਣੀ ਬਣ ਗਈਆਂ ਹਣਾ ਜੀ ਭਰਾ ਜਿਹੜੇ ਆ ਉਹ ਸਾਡੂ ਬਣ ਗਏ ਹਾਂ ਹਣਾ ਜੀ ਤੇ ਫਿਰ ਇਹ ਹੁਣ ਕੀ ਮਸਲਾ ਬਣ ਗਿਆ ਇਹਨਾਂ ਦਾ ਇਹਨਾਂ ਦੇ ਰਿਸ਼ਤਿਆਂ ਦੇ ਰਿਸ਼ਤਿਆਂ ਦੇ ਨਾਮ ਬਦਲ ਗਏ ਥੋੜੇ ਥੋੜੇ ਹਣਾ ਜੀ ਤੇ ਫਿਰ ਉੱਥੇ ਹੀ ਇਹ ਜਿਹੜੀ ਬਾਕੀ ਜਿਹੜੀ ਤੁਹਾਨੂੰ ਬੈਠ ਕੇ ਦੱਸੀ ਐ ਸਾਥ ਉਹ ਸਾਥ ਇਹਨਾਂ ਦੇ ਘਰ ਨੂੰ ਕਿਵੇਂ ਚਲਾਉਂਦੀ ਐ ਫਿਰ ਇਹੀ ਮਤਲਬ ਜਿਹੜੇ ਮੈਂ ਕਹਿ ਸਕਦਾ ਜਿਹੜੇ ਸਾਥ ਵਾਲੇ ਜਿਹੜੇ ਉਹ ਸੱਜਣ ਨੇ ਜਿਹੜੇ ਸੱਜਣ ਬਣ ਕੇ ਚਲਾਕੀਆਂ ਕਰਦੇ ਆ ਤੇ ਉਹਨਾਂ ਨੂੰ ਅਸੀਂ ਕਿਹਾ ਕਿ ਬੱਲੇ ਉਹ ਚਲਾਕ ਸੱਜਣ ਹਮੈ ਨਾ ਤੁਸੀਂ ਲਿਖਿਆ ਵੀ ਰਿਸ਼ਤਿਆਂ ਵਿੱਚ ਚਲਾਕੀਆਂ ਨਹੀਂ ਚੱਲਦੀਆਂ ਜੀ ਬਸ ਇਹੀ ਗੱਲ ਆ ਕਿ ਸਭ ਤੋਂ ਵੱਡੀ ਗੱਲ ਨਹੀਂ ਇਹ ਹੈ ਜੀ ਜਿਹੜੇ ਰਿਸ਼ਤੇ ਆ ਤੁਹਾਡੇ ਅਸੀਂ ਭੈਣ ਭਰਾ ਅਸੀਂ ਦੋਸਕੇ ਭਰਾ ਮਾਂ ਪਿਓ ਪੁੱਤਾਂ ਮਾਂ ਤੀ ਸਾਰੇ ਆ ਅਸੀਂ ਇੱਕ ਦੂਜੇ ਨਾਲ ਮਤਲਬ ਕਿੰਨੀਆਂ ਕਿ ਚਲਾਕੀਆਂ ਕਰ ਲਾਂਗੇ ਜੀ ਠੀਕ ਹੈ ਜੀ ਚਲਾਕੀਆਂ ਕਰ ਕਰਕੇ ਲੋਕਾਂ ਨੇ ਨੁਕਸਾਨ ਬੜੇ ਖਾਦੇ ਆ ਅਸੀਂ ਇੰਟਰਵਿਊ ਕਰਕੇ ਆਏ ਆ ਸੁਪਨਿਆਂ ਦਾ ਘਰ ਹਸਨਪੁਰ ਦੇ ਵਿੱਚ ਹੈਗਾ ਮਨੁੱਖਤਾ ਦੀ ਸੇਵਾ ਭਾਜੀ ਉੱਥੇ ਜਾ ਕੇ ਪਤਾ ਲੱਗਦਾ ਕਿ ਮਤਲਬ ਜਿਹੜੀਆਂ ਰਿਸ਼ਤਿਆਂ ਦੇ ਵਿੱਚ ਚਲਾਕੀਆਂ ਚੱਲਦੀਆਂ ਪਰ ਉੱਥੇ ਕਿੰਨੀਆਂ ਚਲਾਕੀਆਂ ਚੱਲਿਆ ਹੋਏ ਨੇ ਉੱਥੇ ਐਸੇ ਐਸੇ ਲੋਕ ਸਕੇ ਭਰਾ ਸਕੇ ਪੁੱਤ ਉੱਥੇ ਲੋਕਾਂ ਨੇ ਛੱਡਿਆ ਹੋਇਆ ਸਿਰਫ ਇੱਕ ਜਾਇਦਾਦ ਪਿੱਛੇ ਜੀ ਇੱਕ ਗੱਲ ਇੱਕ ਗੱਲ ਇਹ ਵੀ ਹੈ ਬਾਈ ਜੀ ਨਾਲ ਵੀ ਕਰਾਂਗੇ ਤੁਹਾਡੇ ਨਾਲ ਵੀ ਹੈ ਵੀ ਰਿਸ਼ਤੇ ਕਿਤਨੇ ਕਿਤੇ ਹੋ ਜਾਂਦਾ ਚਲਾਕੀਆਂ ਦਾ ਮਤਲਬ ਕਿ ਦਿਮਾਗ ਨਾਲ ਚੱਲਣ ਲੱਗ ਜਾਂਦੇ ਪਰ ਅਸਲ ਮੈਨੂੰ ਲੱਗਦਾ ਰਿਸ਼ਤਾ ਦਿਮਾਗ ਨਾਲ ਚੱਲਣ ਵਾਲੀ ਚੀਜ਼ ਨਹੀਂ ਨਹੀਂ ਰਿਸ਼ਤਾ ਹੈ ਹੀ ਮਤਲਬ ਆਪਾਂ ਕਹਿ ਨਹੀਂ ਦਿੰਦੇ ਕਿ ਕਿ ਖੂਨ ਦਾ ਰਿਸ਼ਤਾ ਜਿਹੜਾ ਹੁੰਦਾ ਹੈ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਉਹ ਦਿਲ ਦੇ ਵਿੱਚੋਂ ਦੀ ਹੋ ਕੇ ਨਿਕਲਦੇ ਆ ਜੀ ਹਨਾ ਜੀ ਤੇ ਜਿੱਥੇ ਮਤਲਬ ਦਿਲ ਦੀ ਗੱਲ ਆਉਂਦੀ ਆ ਮੇਰੇ ਆ ਲਿਖਿਆ ਹੋਇਆ ਦਿਲ ਤੋਂ ਜੀ ਇਹ ਦਿਲ ਤੋਂ ਲਿਖਿਆ ਹੋਇਆ ਹੈ ਦਿਲ ਤੋਂ ਮਤਲਬ ਵੀ ਜੋ ਵੀ ਕੁਝ ਹੈਗਾ ਉਹ ਦਿਲ ਤੋਂ ਆ ਜੀ ਤੇ ਅ ਰਿਸ਼ਤਿਆਂ ਦੇ ਜਿਹੜੀ ਆਪਾਂ ਗੱਲ ਕਰਦੇ ਆ ਕਿ ਰਿਸ਼ਤੇ ਜਿਹੜੇ ਆ ਦਿਮਾਗ ਦੇ ਨਾਲ ਨਹੀਂ ਹੁੰਦੇ ਕਿ ਦਿਮਾਗੀ ਰਿਸ਼ਤੇ ਉਦੋਂ ਹੋ ਜਾਂਦੇ ਆ ਜਦੋਂ ਵਿੱਚ ਤੁਹਾਡੇ ਸਵਾਰਥ ਆ ਜੇ ਜਿੱਥੇ ਸਵਾਰਥ ਹੋਊਗਾ ਉੱਥੇ ਦਿਮਾਗੀ ਰਿਸ਼ਤਾ ਹੋਊਗਾ ਜਿੱਥੇ ਸਵਾਰਥ ਨਹੀਂ ਹੋਊਗਾ ਉੱਥੇ ਦਿਮਾਗੀ ਰਿਸ਼ਤਾ ਨਹੀਂ ਹੋਊਗਾ ਹੁਣ ਮਾਂ ਪੁੱਤ ਦਾ ਦਿਮਾਗ ਸਵਾਰਥ ਨਹੀਂ ਹੁੰਦਾਗਾ ਤੇ ਬਿਲਕੁਲ ਉਹ ਰੂਹ ਤੋਂ ਹੁੰਦਾ ਰਿਸ਼ਤਾ ਦਿਲ ਤੋਂ ਹੁੰਦਾ ਹਾਂਜੀ ਇੱਕ ਮੈਂ ਖਾਸ ਕਿਰਦਾਰ ਦੇਖ ਰਿਹਾ ਸੀ ਮਤਲਬ ਆਮ ਪਿੰਡਾਂ ਦੇ ਵਿੱਚ ਇਹ ਕਿਰਦਾਰਾਂ ਦਾ ਮਤਲਬ ਰੋਲ ਵੱਖਰਾ ਹੀ ਹੁੰਦਾ ਮਤਲਬ ਇਹ ਚਲ ਮਤਲਬ ਇਹਨੂੰ ਕਹਿੰਦੇ ਹਨ ਚੁਗਲੀਆਂ ਚਲਾਕੀਆਂ ਇਹ ਲੱਗਦਾ ਨਹੀਂ ਵੀ ਇਹ ਜੀ ਜੀ ਬਿਲਕੁਲ ਮੈਂ ਖੁਦ ਆਪ ਕੈਰੈਕਟਰ ਕਰ ਰਿਆਂ ਜੀ ਅਜਾ ਮੇਰੇ ਤਾਂ ਮੈਂ ਗਲਤ ਹੀ ਸਵਾਲ ਕਰ ਰਿਹਾ ਨਹੀਂ ਨਹੀਂ ਮੈਂ ਚਲੋ ਇੱਕ ਐਜ਼ ਅਨ ਐਕਟਰ ਵੀ ਮੈਂ ਕੰਮ ਕਰਦਾ ਨਾ ਜੀ ਮੇਨ ਮੇਰਾ ਕੰਮ ਐਜ਼ ਅਨ ਐਕਟਰ ਦਾ ਹੀ ਹੈ ਚਲੋ ਠੀਕ ਹੈ ਰੱਬ ਨੇ ਥੋੜੀ ਜਿਹੀ ਸਮੱਤ ਬਖਸ਼ੀ ਸੀ ਕਿ ਅਸੀਂ ਮੈਂ ਚਲੋ ਸਟੋਰੀ ਕਰ ਲਈ ਹੈ ਤੇ ਇਹਦੇ ਵਿੱਚ ਦੋ ਕੈਰੈਕਟਰ ਬਾਕੀਆਂ ਦੇ ਨਾਲ ਜਿਵੇਂ ਪ੍ਰਕਾਸ਼ ਭਾਈ ਦਾ ਕੈਰੈਕਟਰ ਹੋ ਗਿਆ ਜੀ ਔਰ ਮਿੰਟੂ ਮਲਵਾਈ ਜੀ ਜਸਵਿੰਦਰ ਮਕੜੋਨਾ ਰਣਦੀਪ ਭੰਗੂ ਔਰ ਯੂਸਫ ਇਹ ਥੀਏਟਰ ਦੇ ਕੁਝ ਆਰਟਿਸਟ ਅਸੀਂ ਲਾਏ ਆ ਵਿੱਚ ਹਨ ਤੇ ਮੈਂ ਖੁਦ ਆਪ ਥੀਏਟਰ ਤੋਂ ਆ ਵਿਕਰਮ ਚੋਹਾਨ ਉਹ ਖੁਦ ਥੀਏਟਰ ਤੋਂ ਆ ਔਰ ਰਾਚਿੰਦਰ ਜਰਜੀ ਅਸੀਂ ਸਾਰੇ ਹੀ ਮਤਲਬ ਕਿਤੇ ਨਾ ਕਿਤੇ ਬੈਕਗ੍ਰਾਉਂਡ ਸਾਡੀ ਥੀਏਟਰ ਨਾਲ ਜੁੜੀ ਹੋਈ ਆ ਜੀ ਤੇ ਇਹ ਜਿਹੜੇ ਕੈਰੈਕਟਰ ਆ ਇਹ ਜਿਹੜੇ ਮੇਰੇ ਨਾਲ ਦਾ ਕੈਰੈਕਟਰ ਆ ਇਹ ਦੋ ਕੈਰੈਕਟਰਾਂ ਦਾ ਨਾਮ ਆ ਸੱਤੂ ਤੇ ਫੱਤੂ ਠੀਕ ਆ ਆਮ ਪਿੰਡਾਂ 'ਚ ਹੁੰਦੇ ਆ ਆਮ ਪਿੰਡਾਂ 'ਚ ਹੁੰਦੇ ਆ ਬਸ ਉਹੀ ਤਾਂ ਹੀ ਮੈਂ ਕਹਿ ਰਿਹਾ ਜੀ ਇਹ ਜਿਹੜੀ ਸਾਡੀ ਫਿਲਮ ਆ ਅਸੀਂ ਇਹਨੂੰ ਕਿਉਂ ਕਹਿੰਦੇ ਆ ਕਿ ਦੇਖੋ ਕਿਉਂਕਿ ਲਾਈਵ ਫਿਲਮ ਹੈ ਜਿਵੇਂ ਲਾਈਵ ਜ਼ਿੰਦਗੀ ਚੱਲਦੀ ਓਵੇਂ ਲਾਈਵ ਹੀ ਇਹ ਕਹਾਣੀ ਚੱਲੂਗੀ ਲੱਗਣੂਗਾ ਨਹੀਂ ਤੁਹਾਨੂੰ ਫਿਲਮ ਚੱਲ ਰਹੀ ਹੈ ਆ ਆਪਣਾ ਹਾਕਮ ਤੇ ਬਰਿਆਮ ਜਿਹੜੇ ਸਾਡੇ ਮੇਨ ਕਰੈਕਟਰ ਨੇ ਉਹਨਾਂ ਦੇ ਗਵੰਢੀ ਆ ਉਹਨਾਂ ਦੇ ਵਿਆਹ ਹੋ ਗਏ ਇਹਨਾਂ ਨੂੰ ਐਵੇਂ ਸਾਡੇ ਤਾਂ ਹੋਏ ਨੇ ਕਿ ਤੇ ਇਹਨਾਂ ਨੇ ਆਪਸ ਵਿੱਚ ਮਤਲੀਆਂ ਵੀ ਚੱਲ ਐ ਕਰਦੇ ਉਹ ਤੇਰੀ ਇਹ ਤੇ ਉਹ ਮੇਰੀ ਇਹ ਚੀਜ਼ ਹਾਂਜੀ ਹਾਂਜੀ ਗੱਲ ਇਹ ਦੱਸੋ ਜੀ ਮਤਲਬ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਪਿੰਡ ਦਾ ਉਹ ਰੋਲ ਤੁਸੀਂ ਮਤਲਬ ਤੁਹਾਨੂੰ ਦਾ ਮਤਲਬ ਨਿਭਾਉਣਾ ਉਹ ਚੀਜ਼ ਨਾਲ ਬਹੁਤ ਫਰਕ ਪੈ ਜਾਂਦਾ ਬੜਾ ਆਸਾਨ ਹੋ ਜਾਂਦਾ ਜਦੋਂ ਆਪਾਂ ਚੀਜ਼ਾਂ ਪ੍ਰੈਕਟੀਕਲ ਦੇਖੀਆਂ ਹੁਣ ਇਹ ਜ਼ਿੰਦਗੀ ਚ ਹਾਂਜੀ ਮੈਂ ਬਹੁਤ ਕੁ ਦੇਖਿਆ ਹੈ ਜਾਂ ਮੈਂ ਜਾਂ ਮੈਂ ਕੋਈ ਕਰੈਕਟਰ ਵੀ ਕਰਦਾ ਨਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮੈਂ ਆਪਣੇ ਆਪ ਨੂੰ ਉੱਥੇ ਲੈ ਚੱਲਾਂ ਜਿਵੇਂ ਸਮਝਾਉਂਦੇ ਆ ਜਾਂ ਮੈਂ ਸਾਹ ਬਾਦਰ ਚ ਕਰੈਕਟਰ ਕੀਤਾ ਜੀ ਉਹਦਾ ਖੜਨ ਦਾ ਸਟਾਈਲ ਉਹ ਵੀ ਮੈਂ ਆਪਣੇ ਪਿੰਡ ਦੇ ਬੰਦੇ ਦਾ ਇੱਕ ਉਹ ਵਧਾਕੜ ਜੇ ਨਹੀਂ ਹੁੰਦੇ ਉਹ ਉਹ ਤੁਸੀਂ ਸਾਹ ਬਾਦਰ ਦੇਖੀ ਆ ਐਮੀ ਵਰਕ ਦੀ ਉਹ ਬੰਦਾ ਬੈਂਟਰੀ ਨਾਲੇ ਗਾਲਾਂ ਲੈਂਦਾ ਨਾਲੇ ਕਹਿੰਦਾ ਪਿੱਛੇ ਔਰ ਜੋ ਤਵਦੀਸ਼ ਕਰਦੇ ਆ ਅਸੀਂ ਉਹਨਾਂ ਦਾ ਉਹ ਕਹਿੰਦੇ ਯਾਰ ਅਸੀਂ ਜਿਵੇਂ ਪੱਲਾ ਸਾਹ ਬੋਲਦੇ ਆ ਕਹਿੰਦਾ ਤਵਦੀਕਾ ਨੂੰ ਪੁਲਿਸ ਮਾਰ ਗਈ ਉਹਗਾ ਨਹੀਂ ਘਰ ਇਹਨੇ ਜੋ ਗ੍ਰੀਤਾ ਹੈਗੀ ਪਿੱਛੇ ਅੜ ਜੋ ਆ ਪਿਕਚਰ ਜਿੰਨੇ ਚਮਾਟੀ ਖਾਣ ਵਾਲਾ ਬੰਦਾ ਤਿਆਰ ਹੁੰਦਾ ਐਵੇਂ ਜੀ ਉਹ ਬੈਟਰੀ ਮਾਰੀ ਜਾਂਦਾ ਐਵੇਂ ਵਰਕ ਦੇਖਿਆ ਨਾ ਕਹਿੰਦਾ ਐਵੇਂ ਉੱਤੇ ਜਾ ਕੇ ਉਹ ਤਾਂ ਜਿਆਦਾ ਜੇ ਚਾਰਾਂ ਸੱਲਾਂ ਵਾਲੀ ਆ ਤਾਂ ਬੈਟਰੀ ਵਧੀਆ ਰਹਿੰਦੀ ਉਹ ਮੇਰੇ ਮੂੰਹ ਤੇ ਮਾਰਦਾ ਆ ਤਾਂ ਉਹ ਤਾਂ ਤੋਹਾਂ ਵਾਲੀ ਵੀ ਚੱਲ ਜਾਂਦੀ ਕੋਈ ਗੱਲ ਨਹੀਂ ਮਲੇ ਬੰਦੇ ਹੈ ਜਿਉਂ ਨੇ ਉਹ ਪਿੰਡਾਂ ਚ ਆਮੇ ਕਰੈਕਟਰ ਮਿਲ ਜਾਂਦੇ ਮੈਂ 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 ਕੋਸ਼ਿਸ਼ ਕਰਦਾ ਕਿ ਮੈਂ ਨੇੜੇ ਜਾਵਾਂ ਜੀ ਹਣਾ ਮੇਰੇ ਅੱਗੇ ਅੱਗੇ ਮੇਰੀ ਤੇ ਸੁਖਿੰਦਰ ਰਾਜ ਦੀ ਇੱਕ ਬਹੁਤ ਅੱਛੀ ਟੀਮ ਉਹ ਬੂਏ ਪਾਰੀਆਂ ਫਲ ਮਾਰੀ ਆ ਜੀ ਉਹਦੇ ਚ ਪਿੰਡ ਚ ਆਮ ਬੰਦੇ ਮਿਲ ਜਾਂਦੇ ਬੇ ਸ਼ਰਮ ਮਰੇ ਬਾ ਆਇਆ ਕਟ ਗਿਆ ਆਪ ਦੀ ਧੀ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਉਹਦੇ ਦੂਜੀਆਂ ਦਿਨੋਂ ਐਵੇਂ ਅੱਛਾ ਪਿੰਡ ਦੀ ਬੇਇੱਜ਼ਤੀ ਕਰਾਉਨੇ ਹੋ ਤੁਸੀਂ ਆਪ ਦੀ ਇੱਥੇ ਮਰਜ਼ੀ ਤੇ ਨਹੀਂ ਫਿਰੇ ਬੱਲੇ ਤੁਸੀਂ ਤੁਸੀਂ ਐ ਕਰਦੇ ਮਰੇ ਆਮ ਲੋਕੋ ਹੀ ਮਿਲ ਜਾਂਦੇ ਉਹ ਉਹ ਫੜਨਾ ਪੈਂਦਾ ਕੈਰੇਕਟਰ ਯਾਰ ਇੱਕ ਮਤਲਬੀ ਅਸਲਤਾਂ ਪਿੰਡਾਂ ਚ ਹੀ ਮਿਲਦੇ ਨੇ ਜਿਵੇਂ ਮੈਂ ਇਹ ਐਪ ਕੀਤਾ ਤਾਂ ਮੈਂ ਸਮਝਦਾ ਮੈਂ ਉਹ ਉਹ ਬਹੁਤ ਵੱਡੀ ਉਮਰ ਦਾ ਮੇਰਾ ਭਰਾ ਸੰਤਕਰਾਰ ਜੀ ਅੱਜ ਇਹ ਨਹੀਂ ਰਹੇ ਸਾਡੇ ਅਨਸਾਨ ਸੀ ਉਹਨਾਂ ਨਾਲ ਉਸੇ ਦਾ ਹੀ ਕਰੈਕਟਰ ਮੈਂ ਫੜ ਕੇ ਕੀਤਾ ਮਤਲਬ ਉਹ ਜਦੋਂ ਤੁਹਾਨੂੰ ਇਹਨਾਂ ਨੇ ਸੁਣਾਇਆ ਹੋਣਾਗਾ ਉਹ ਕਰੈਕਟਰਸ ਨਾਲ ਉਹ ਤੁਹਾਡੇ ਦਿਮਾਗ ਚ ਇੱਕੋ ਦਾਮ ਵੱਜਿਆ ਵੀ ਮੇਰੇ ਕੋਲ ਤਾਂ ਉਹ ਹਾਂ ਮੈਨੂੰ ਤੋਤੀ ਦਾ ਟੈਲੀਫੋਨ ਹੈ ਯਾਰ ਅੱਜ ਵੀ ਉਹ ਕਪੜੇ ਵੇਚਦਾ ਬੰਦਾ ਘਰ ਘਰ ਜਾਂਦਾ ਔਰ ਇੱਕ ਸਕ੍ਰਿਪਟ ਇੰਨੀ ਵਧੀਆ ਲਿਖੀ ਹੈ ਨਾ ਜੀ ਤੁਸੀਂ ਇੱਕ ਤਾਂ ਹੁੰਦਾ ਨਾ ਵੀ ਭਾਈ ਗੱਲ ਸੁਣ ਲੈ ਆ ਫਲਾਨੇ ਦੇ ਬੂ ਐ ਕਰੀ ਜਾਂਦੀ ਹੈ ਯਾਰ ਤੈਨੂੰ ਪਤਾ ਨਹੀਂ ਜਾ ਯਾਰ ਤੈਨੂੰ ਪਤਾ ਇੱਕ ਤਾਂ ਇਹ ਚੁਗਲੀ ਆ ਇੱਕ ਉਹਦੇ ਚ ਚੁਗਲੀ ਚ ਐਸੇ ਟੰਗ ਨਾ ਤੋਤੀ ਨੇ ਉਹ ਲਿਖੀ ਹੈ ਉਹ ਡਾਇਲੋਗ ਇਨੇ ਵਧੀਆ ਤਰੀਕੇ ਨਾਲ ਲਿਖਿਆ ਕਿ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਕੀ ਕਰ ਰਿਹਾ ਉਹ ਬੰਦਾ ਕਹਿੰਦਾ ਭਰਾਵਾ ਜਦੋਂ ਆਇਆ ਵਰੀਆਮ ਜੁਆਨੇ ਕਰੈਕਟਰ ਕੀਤਾ ਵਰੀਆਮ ਜਦੋਂ ਆਇਆ ਤੇ ਭਰਾਵਾ ਹੁਣੇ ਤਾਂ ਚੁੰਨੀ ਬਨ ਲਈ ਨਾਲ ਕੁੜੀ ਨੇ ਅਕ ਬੰਨੀ ਵਿਜੈ ਦੀ ਅਕ ਤੂ ਹੀ ਲ ਜਾਂਦੀ ਆ ਹੂੰ ਤੂ ਹੀ ਰਹਿੰਦੇ ਬੰਨੀ ਆਹ ਗੱਲ ਨੂੰ ਆਪ ਆਹ ਤੂ ਹੀ ਤੂ ਹੀ ਰਹ ਜਾਂਦੀ ਬਈ ਬੰਨਿਓ ਕੁੜੀ ਸਿਆਣੀ ਬਈ ਨਾ ਤੂ ਹੀ ਚੁੰਨੀ ਬਨ ਲਈ ਤੇ ਚੌਕ ਕਿਣ ਦੋ ਮਾਰਿਆ ਭਰਾ ਭਾਈ ਮੈਂ ਤਾਂ ਮੰਨ ਗਿਆ ਉਹਨੂੰ ਚੱਜੀ ਜਾਂਦੀ ਉਲਟ ਇਹ ਇਹ ਗੰਦਾ ਬੰਦਾ ਤਰੀਫ਼ ਕਰ ਰਿਹਾ ਪਰ ਬਹੁਤ ਵੱਡੀ ਚੁਗਲੀ ਕਰ ਰਿਹਾ ਕਿ ਤਾਂ ਕਿ ਉਹ ਬੰਦਾ ਜਾ ਕੇ ਕਰੇ ਸਿਆਪਾ ਵਾਲੀ ਉਹ ਬੰਦੇ ਨੂੰ ਸੁਤੀ ਨਵੀਂ ਇਹ ਬੰਦਾ ਯਾਰ ਕਰੀ ਤਾਂ ਮੇਰੀ ਬੇਇਜ਼ਤੀ ਜਾਂਦਾ ਹਨਾ ਮੈਨੂੰ ਨਹੀਂ ਪਤਾ ਮੇਰੀ ਬੇਇਜ਼ਤੀ ਕਰੀ ਜਾਂਦਾ ਉਹਦੀ ਤਾਰੀਫ ਕਰੀ ਜਾਂਦਾ ਬਾਈ ਭਰਾਵਾ ਮੈਂ ਤਾਂ ਮੰਨ ਗਿਆ ਤੇਰੇ ਭਰਾ ਨੂੰ ਓਏ ਹੋਏ ਬਈ ਸਵਾਦ ਆ ਗਿਆ ਤੇਰਾ ਭਰਾ ਤਾਂ ਬਈ ਚੱਕ ਕੇ ਹੋ ਮਰ ਕਿਸੇ ਚੱਕਿਆ ਹੀ ਨਹੀਂ ਗਿਆ ਹਨਾ ਅੱਲਾ ਸ਼ੇਰੀ ਦਿੱਤੀ ਉਹ ਐਸੇ ਸਾਬ ਨਾ ਚੁਗਲੀ ਛੱਡੀ ਗਈ ਆ ਕੋਈ ਬੰਦਾ ਬੁੱਝ ਹੀ ਨਹੀਂ ਸਕਦਾ ਇਹਦਾ ਮਤਲਬ ਇਹ ਵੀ ਜਾਂਦਾ ਕਿ ਸੱਚ ਔਰ ਝੂਠ ਦੇ ਵਿੱਚ ਸਿਰਫ ਚਾਰਾਂ ਗੋਲਾਂ ਦਾ ਫਰਕ ਹੈ ਅਸੀਂ ਅੱਖਾਂ ਨਾਲ ਦੇਖਦੇ ਹਾਂ ਸੱਚ ਹੈ ਤੇ ਕੰਨਾਂ ਨਾਲ ਸੁਣਦੇ ਹਾਂ ਝੂਠ ਹੈ ساری ਜ਼ਿੰਦਗੀ 'ਚ ਇਹ ਜਿਹੇ ਲੋਕ ਆਉਂਦੇ ਨੇ ਅਸੀਂ ਅੱਜ ਤੱਕ ਅਸੀਂ ਬਾਹਰ ਦੀ ਗੱਲ ਸੁਣਦੇ ਆਂ ਅਸੀਂ ਆਪਦੇ ਪਰਿਵਾਰ ਦੀ ਨਹੀਂ ਸੁਣਦੇ ਅੱਜ ਕੱਲ ਮੌਲ ਸਾਰ ਚੱਲ ਹੀ ਪਿਆ ਤਾਂ ਉਸ ਚੀਜ਼ ਨੂੰ ਇਹ ਸਿੱਖਿਆ ਦੇਊਗੀ ਕਿ ਤੁਸੀਂ ਆਪਦੇ ਘਰਦਿਆਂ ਦੀ ਗੱਲ ਸੁਣੋ ਬਾਹਰ ਦੀ ਗੱਲ ਨਾ ਸੁਣੋ ਬਾਹਰਦਿਆਂ ਦੀ ਚੋਲੀ ਲੱਗੀ ਬੰਦਾ ਪੱਟਿਆ ਜਾਂਦਾ ਅ ਜਨਾਨੀਆਂ ਘਰ ਪੱਟ ਲੈਂਦੀਆਂ ਜੇ ਬਾਹਰ ਦੀ ਗੱਲ ਸੁਣਨੀਆਂ ਉਹ ਤਾਂ ਹੁਣ ਜਿਵੇਂ ਕਈ ਵਾਰ ਇਹ ਹੁੰਦਾ ਭਾਈ ਮੈਂ ਤੈਨੂੰ ਗੱਲ ਦੱਸਦੀ ਸੌਂ ਪਾ ਤੇਰੇ ਪੁਰਾਣੇ ਭਈਆਂ ਨੇ ਕੀਤਾ ਘਾਣਾ ਦੱਸੀ ਉਹ ਵਿੱਚੇ ਉਹ ਚੱਛਾ ਉਲਜੀ ਜਨ ਪਹਿਲੀ ਗੱਲ ਤਾਂ ਆਪਣਾ ਪੰਜਾਬ ਦਾ ਮੈਂ ਸੱਚੀ ਗੱਲ ਕਹੂੰਗਾ ਪੰਜਾਬ ਦਾ ਅੱਧਾ ਤਾਂ ਬਾਬੇ ਨੇ ਪੜ ਛੱਡਿਆ ਬਾਬੇ ਐਵੇਂ ਐਵੇਂ ਵੇਖੀ ਜਾਣਗੇ ਹੱਥ ਅੱਛਾ ਲੈ ਵੀ ਵੇਖਣ ਨਾ ਤੇ ਰਜਮਾ ਹੀ ਆਪਦਾ ਨਾਮ ਤਾਂ ਮੈਂ ਲੈਂਦਾ ਨਹੀਂ ਤੇ ਬੰਦੇ ਨੂੰ ਚਾਰਾਂ ਆਂ ਸ਼ੱਕ ਹੁੰਦਾ ਉਹ ਭਾਬੀਵਰੀਆਂ ਐ ਕਰਦੀਆਂ ਹੂੰ ਉਹ ਲੱਗ ਗਿਆ ਸੀ ਪਤਾ ਕਿਉਂ ਉਹ ਐ ਕਰਦੀ ਦੱਸ ਤਾ ਨਾ ਬਾਬੇ ਨੂੰ ਤੇ ਤੇਰੇ ਬਾਬੇ ਪੱਟੀ ਬੱਟੀ ਤੇਰੇ ਘਰ ਵਾਲੇ ਨੇ ਮੇਰੇ ਉਹ ਬੰਦੇ ਦੇ ਲੱਗ ਜਾਂਦੇ ਤੁਹਾਨੂੰ ਆਪਣੀ ਸਮਝਉਣੀ ਚਾਹੀਦੀ ਆਪਦੀ ਗੱਲ ਕਰਨੀ ਚਾਹੀਦੀ ਆ ਸੋ ਸਮਾਜ ਬੜਾ ਅਜੀਬ ਹੈ ਸੋ ਇੱਕ ਇਸ ਸਮਾਜ ਨੂੰ ਇੱਕ ਬਹੁਤ ਹੀ ਬਰੀਕੀ ਨਾਲ ਲਿਖੀ ਹੋਈ ਕਹਾਣੀ ਆ ਜੀ ਤੇ ਰਾਇਲ ਛੋਟੀ ਉਮਰ ਚ ਮੇਰੇ ਵੀਰ ਨੇ ਉਹਨੇ ਡਾਇਰੈਕਟ ਕੀਤੀ ਕਮਾਲ ਦੇ ਐਕਟਰ ਸਾਰੇ ਥੀਏਟਰ ਦੇ ਫਿਲਮ ਦੇਖਣ ਵਾਲੀ ਆ 4 ਤਰੀਕ ਨੂੰ ਬੱਲੇ ਚਲਾਕ ਸੱਜਣਾ ਜ਼ਰੂਰ ਇਹ ਕਹਿੰਦੇ ਹਾਂਜੀ ਜ਼ਰੂਰ ਇੱਕ ਮੈਂ ਤੁਹਾਡਾ ਆਖਰੀ ਸਵਾਲ ਲਊਗਾ ਜਦੋਂ ਇਹ ਜਿਵੇਂ ਇਹ ਕਹਿ ਰਹੇ ਆ ਕਿ ਮਤਲਬ ਇਹ ਕਰੈਕਟਰ ਤੁਸੀਂ ਜਿਵੇਂ ਇਹਨਾਂ ਦਾ ਚਲੋ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਤੁਸੀਂ ਵੀ ਇਹ ਕਰੈਕਟਰ ਆਪ ਆਸੇ-ਪਾਸੇ ਜਿਵੇਂ ਡੱਗੀ ਵਾਲੇ ਦਾ ਇਹ ਤੁਸੀਂ ਵੀ ਇਹ ਜੋਇਨ ਹੋਣਗੇ ਹਾਂਜੀ ਬਿਲਕੁਲ ਬਿਲਕੁਲ ਅਸੀਂ ਮਤਲਬ ਜੋਇਨ ਤਾਂ ਹੀ ਮਤਲਬ ਇਹ ਕਹਾਣੀ ਦੇ ਵਿੱਚ ਇਹ ਕਰੈਕਟਰ ਸਾਰੇ ਹੈਗੇ ਆ ਔਰ ਸਾਰੇ ਦੇਖੇ ਹੋਏ ਨੇ ਕਰੈਕਟਰ ਜੀ ਇਹ ਸਾਰੇ ਮਤਲਬ ਹਜੇ ਹੋਰ ਜਿਹੜੇ ਸੱਤੂ ਫੱਤੂ ਤੁਸੀਂ ਦੇਖੋਗੇ ਸੱਤੂ ਫੱਤੂ ਤੁਸੀਂ ਕਹੋਗੇ ਯਾਰ ਠੀਕ ਆ ਇਹ ਤਾਂ ਮਤਲਬ ਵਾਕਈ ਉਹ ਕਰੈਕਟਰ ਸਾਡੇ ਪਿੰਡ ਵੀ ਸਾਡੇ ਪਿੰਡ ਹੈ ਬਸ ਇਹੀ ਹੈ ਜੀ ਹਰ ਇੱਕ ਨੂੰ ਲੱਗੂਗਾ ਕਿ ਹਾਂ ਸਾਡੇ ਆਂਗਵਾਨ ਚ ਸਾਡੇ ਪਿੰਡ ਦੇ ਨੇ ਤੇ ਇਹ ਉਹੀ ਕਰੈਕਟਰ ਨੇ ਜਿਹੜੇ ਮਤਲਬ ਕਿਉਂਕਿ ਮੈਂ ਖੁਦ ਪਿੰਡ ਦਾ ਰਹਿਣ ਵਾਲਾ ਤੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਨਾ ਮਤਲਬ ਨੇੜੇ ਤੋਂ ਪਤਾ ਆ ਜੀ ਤੇ ਤਾਂ ਕਰਕੇ ਮਤਲਬ ਮੇਰੇ ਮੈਨੂੰ ਇਹ ਕਰੈਕਟਰ ਪਿਆਰੇ ਵੀ ਬਹੁਤ ਆ ਹਾਲਾਂਕਿ ਹੈ ਬਗ ਇਹ ਗਲਤ ਉਹਨਾਂ ਦੇ ਐਜ਼ ਹਿਊਮਨ ਬੀਇੰਗ ਉਹ ਠੀਕ ਆ ਉਹਨਾਂ ਦੇ ਅੰਦਰ ਮਤਲਬ ਨਹੀਂ ਉਹਨਾਂ ਦਾ ਸਹੀ ਆ ਪਰ ਇਸ ਅਕੋਰਡਿੰਗ ਟੂ ਸਕ੍ਰਿਪਟ ਬਹੁਤ ਪਿਆਰੇ ਕਰੈਕਟਰ ਆ ਤਾ ਗੱਲਬਾਤ ਹੁਣ ਕਰਾਂਗੇ ਫਿਲਮ ਦੇ ਡਾਇਰੈਕਟਰ ਦੇ ਨਾਲ ਅਰਜਨ ਸਾਹਿਬ ਕਿਵੇਂ ਹੈ ਫਿਲਮ ਜਦੋਂ ਤੁਸੀਂ ਸਕ੍ਰਿਪਟ ਦੇਖੀ ਦੇਖੀ ਤਾਂ ਉਸ ਤੋਂ ਬਾਅਦ ਕੀ ਲੱਗਿਆ ਵੀ ਮਤਲਬ ਕਿਸ ਤਰੀਕੇ ਨਾਲ ਤੁਹਾਡੇ ਮਨ ਨੂੰ ਨੇ ਟੱਚ ਕੀਤਾ ਸਕ੍ਰਿਪਟ ਬਹੁਤ ਸੋਹਣੀ ਸੀ ਕਨਸੈਪਟ ਅੱਛਾ ਸੀਗਾ ਔਰ ਬੜੀ ਬੜੀ ਇਤਨਾ ਉਹ ਹੁੰਦੇ ਮਹੀਨ ਜੀ ਲਾਈਨ ਸੀਗੀ ਸਟੋਰੀ ਦੀ ਕਿਉਂਕਿ ਰਾਈਟਰ ਨੇ ਵੀ ਕਿਤੋਂ ਇਨਸਪਾਇਰ ਹੋ ਕੇ ਚੱਕੀ ਸੀਗੀ ਲੇਕਿਨ ਉਹਨਾਂ ਨੇ ਜਿੱਥੋਂ ਵੀ ਚੀਜ਼ ਦੇਖੀ ਸੀ ਨਾ ਉਹਨਾਂ ਨੇ ਉਹਦਾ ਪੋਜ਼ਿਟਿਵ ਪਾਰਟ ਚੱਕ ਲਿਆ 네ਗੇਟਿਵਿਟੀ ਛੱਡ ਦਿੱਤੀ ਤੇ ਉਹਨਾਂ ਨੂੰ ਲੱਗਾ ਕਿ ਯਾਰ ਇਸ ਚੀਜ਼ ਦੇ ਉੱਪਰ ਨਾ ਪੂਰੀ ਪਿਕਚਰ ਇਲੈਬੋਰੇਟ ਕਰਕੇ ਨਾ ਇੱਕ ਪੋਰਟਰੇ ਕੀਤੀ ਜਾ ਸਕਦੀ ਆ ਤੇ ਕਨਸੈਪਟ ਇੰਨਾ ਸੋਹਣਾ ਸੀਗਾ ਕਿ ਬਸ ਉਸ ਤੋਂ ਮਨ ਲੱਗ ਮਨਾ ਹੀ ਨਹੀਂ ਹੋਇਆ ਕਰਨੇ ਸਾਨੂੰ ਲੱਗਿਆ ਕਿ ਕਰਨਾ ਚਾਹੀਦਾ ਉਹ ਜਵਾਬ ਨਹੀਂ ਦਿੰਦਾ ਜਵਾਬ ਦਿੱਤਾ ਨਹੀਂ ਗਿਆ ਬਿਲਕੁਲ ਜਿਸ ਤਰੀਕੇ ਦੀ ਉਹ ਚੀਜ਼ ਪੜੀ ਤੁਸਾਨੂੰ ਵੀ ਲੱਗਿਆ ਯਾਰ ਇਹ ਅਸੀਂ ਵੀ ਦੇਖਣੀ ਚੀਜ਼ਾਂ ਹਾਂ ਐਕਚੁਅਲੀ ਇਨ ਰਿਲੇਟੇਬਲ ਲੱਗਿਆ ਬਹੁਤ ਜ਼ਿਆਦਾ ਦੇਖੋ ਪਿਕਚਰ ਉਹ ਜ਼ਿਆਦਾ ਆਡੀਅנס ਐਕਸੈਪਟ ਕਰਦੀ ਜਿਹੜੀ ਉਹਨਾਂ ਨੂੰ ਰਿਲੇਟ ਕਰ ਸਕੇ ਆਪਣੇ ਨਾਲ ਠੀਕ ਹੈ ਤਾਂ ਸਾਨੂੰ ਵੀ ਲੱਗਿਆ ਕਿ ਹਾਂ ਯਾਰ ਇਹ ਚੀਜ਼ਾਂ ਸਾਡੇ ਅਸੀਂ ਆਪਣੇ ਵਾਲੇ ਦੁਆਲੇ ਦੇਖਿਆ ਹੁੰਦੀਆਂ ਹੋਈਆਂ ਕਈ ਵਾਰ ਸਾਡੇ ਨਾਲ ਵੀ ਚੀਜ਼ਾਂ ਹੋ ਜਾਂਦੀਆਂ ਇਦਾਂ ਦੀਆਂ ਹਨਾ ਤੇ ਉਹਨੂੰ ਸਕਰੀਨ ਤੇ ਲੈ ਕੇ ਆਉਣਾ ਔਰ ਖਾਸ ਕਰਕੇ ਜਦੋਂ ਗੱਲ ਰਿਸ਼ਤਿਆਂ ਦੀ ਆਈ ਹੈ ਹਨਾ ਤੇ ਉਹਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਸੀਗਾ ਤੇ ਇਹ ਦਾ ਮਤਲਬ ਇਹ ਜਦੋਂ ਤੁਸੀਂ ਇਤੇ ਵਰਕ ਕੀਤਾ ਉਦੋਂ ਵੀ ਮਤਲਬ ਇਹ ਲੱਗਦਾ ਹੁੰਦਾ ਸੀ ਵੀ ਵਾਕਈ ਅਸੀਂ ਵੀ ਜਾਉ ਰਹੇ ਹਾਂ ਚੀਜ਼ ਨੂੰ ਜਾਂ ਉਸ ਚੀਜ਼ ਨੂੰ ਹੋ ਰਿਹਾ ਹੈ ਬਿਲਕੁਲ ਬਿਲਕੁਲ ਬਹੁਤ ਸਾਰੇ ਇੰਸਟੈਂਸਿਸ ਸੀਗੇ ਜਿੱਦਾਂ ਹੈਨਾ ਤੇ ਘਰ ਦੇ ਰਿਸ਼ਤਿਆਂ ਦੀ ਗੱਲ ਹੋ ਰਹੀ ਸੀ ਹੋਰ ਰਿਸ਼ਤਿਆਂ ਦੀ ਗੱਲ ਹੋ ਰਹੀ ਸੀ ਤਾਂ ਪਤਾ ਲੱਗ ਰਿਹਾ ਸੀਗਾ ਯਾਰ ਕਿ ਹਾਂ ਇਹ ਚੀਜ਼ ਆਪਾਂ ਦੇਖ ਚੁੱਕੇ ਨਹੀਂ ਤਾਂ ਹੋ ਚੁੱਕੀ ਹੈ ਔਰ ਉਸ ਟਾਈਮ ਤੇ ਵੀ ਸੈਟ ਤੇ ਵੀ ਲੱਗ ਰਿਹਾ ਸੀਗਾ ਲੇ ਕੁਛ ਅਤੇਰੇ ਅچھے ਅچھے ਪਲ ਵੀ ਸੀ ਜਿੱਦਾਂ ਦੋ ਭਰਾਵਾਂ ਦੇ ਸੀਨ ਆ ਹੈਨਾ ਜਿੱਦਾਂ ਵਿਆਹ ਕੇ ਆਈਆਂ ਕੁੜੀਆਂ ਨਵੀਆਂ ਨਵੀਆਂ ਦੋ ਭੈਣਾਂ ਦੋ ਭਰਾਵਾਂ ਨਾਲ ਵਿਆਹ ਕੇ ਆ ਗਈਆਂ ਸੋ ਕਿਬੀ ਰੀਤੀ ਰਿਵਾਜ ਕਰਨ ਹੋ ਗਏ ਸਾਰੇ ਹੈ ਨਾ ਉਹ ਸਭ ਲਾਈਕ ਉਹ ਬਿਲਕੁਲ オリジナル ਹੀ ਲੱਗ ਰਿਹਾ ਸੀ ਹਾਂਜੀ ਹਾਂਜੀ ਹੁਣ ਕੀ ਮਤਲਬ 4 ਅਗਸਤ ਨੂੰ ਫਿਲਮ ਆਣੀ 4 ਅਗਸਤ ਨੂੰ ਫਿਲਮ ਆ ਰਹੀ ਹੈ ਜੀ 4 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਹੋਏਗੀ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਐਂਡ ਕੈਨੇਡਾ ਇੰਡੀਆ ਵਰਲਡ ਵਾਈਡ ਇਹ ਆਪਣਾ ਸਾਰਾ ਹੈ ਨਾ ਤੇ 4 ਅਗਸਤ ਨੂੰ ਸਕਰੀਨ ਤੇ ਆ ਜੇਗੀ ਕੁਝ ਚੀਜ਼ਾਂ ਮਤਲਬ ਜਿਵੇਂ ਹੁਣ ਸਿਨੇਮੇ ਦੀ ਆਪਾਂ ਮੈਂ ਪਹਿਲਾਂ ਗੱਲ ਕੀਤੀ ਸੀ ਮਤਲਬ ਇਹ ਚੀਜ਼ਾਂ ਬੇਸ਼ੱਕ ਸਾਡੀ ਜ਼ਿੰਦਗੀ ਦੀਆਂ ਕੋਈ ਇਹ ਨਹੀਂ ਕਿ ਬਹਟਕੇ ਆ ਪਰ ਉਹ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਤੋਂ ਲੋਕ ਕਹਿੰਦੇ ਸੀ ਅਰ ਕੱਲਾ ਅਸੀਂ ਐਂਟਰਟੇਨਮੈਂਟ ਨਹੀਂ ਕਰਾਂ ਜਣਾ ਅਸੀਂ ਕੁਝ ਦੇਖਣ ਨੂੰ ਮੈਂ ਪਹਿਲਾਂ ਵੀ ਗੱਲ ਹੋਈ ਕਿ ਸਿੱਖਣ ਵੀ ਜਣਾ கரੈਕਟ ਕਰੈਕ ਸਿੱਖਣ ਦਾ ਤਾਂ ਇਹ ਦੇਖੋ ਸਰ ਆਪਾਂ ਨਾ ਸਿਰਫ ਅਸੀਂ ਇੱਕ ਮੈਸੇਜ ਦੇ ਸਕਦੇ ਹਾਂ ਜਿਹਨੇ ਸਿੱਖਣਾ ਉਹਨੇ ਸਿੱਖ ਹੀ ਲੈਣਾ ਤੇ ਜਿਹਨੇ ਨਹੀਂ ਸਿੱਖਣਾ ਉਹਨੇ ਚੰਗੀ ਚੀਜ਼ ਵੀ ਨਕਾਰ ਦੇਣੀ ਆ ਇਹ ਤਾਂ ਆਪਣੀ ਆਪਣੀ ਐਬਿਲਿਟੀ ਆ ਤੇ ਅਸੀਂ ਤਾਂ ਦੱਸ ਸਕਦੇ ਹਾਂ ਸਕਰੀਨ ਤੇ ਇਹ ਵੀ ਹੁੰਦਾ ਕਿ ਜਦੋਂ ਆਪਾਂ ਇੱਕ ਗੱਲ ਵੀ ਜੀ ਆਪਾਂ ਨੂੰ ਦੇਖ ਕੇ 10 ਚੀਜ਼ ਮਤਲਬ ਮਤਲਬ ਆਪਣੀ ਆਡੀਅੰਸ ਦੇ ਵਿੱਚੋਂ 10 ਜਾਣੇ ਵੀ ਆਪਦੀ ਜ਼ਿੰਦਗੀ ਵਿੱਚ ਸੁਧਾਰ ਕਰਾਵੇ ਉਹ ਵੀ ਇੱਕ ਪ੍ਰਾਪਤੀ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ 10 ਕਿ ਮੈਂ ਕਹਿੰਦਾ ਕੋਈ ਇੱਕ ਵੀ ਅਗਰ ਆਪਣਾ ਰਿਸ਼ਤਾ ਸਹੀ ਕਰ ਲੇ ਨਾ ਤਾਂ ਸਾਨੂੰ ਐ ਲੱਗੇਗਾ ਕਿ ਹਾਂ ਜੋ ਮੈਸੇਜ ਦੇਣਾ ਚਾਹੁੰਦੇ ਸੀ ਸਹੀ ਢੰਗ ਨਾਲ ਕਨਵੇ ਹੋ ਗਿਆ ਕਿ ਕਿਸੇ ਦੇ ਦਿਮਾਗ 'ਚ ਗੱਲ ਪੈ ਗਈ ਹੈ ਵਾਲੀ ਸਿੰਦਰ ਜੀ ਕਾਫੀ ਫਿਲਮਾਂ ਆਈਆਂ ਤੁਹਾਡੀਆਂ ਇਸ ਤੋਂ ਪਹਿਲਾਂ ਵੀ ਕ ਇਹ ਫਿਲਮ ਦੇ ਵਿੱਚ ਕੰਮ ਕਰਕੇ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਜੀ ਕਿਉਂਕਿ ਰਾਇਲ ਬਾਈ ਨਾਲ ਮੈਂ ਪਹਿਲਾਂ ਕੰਮ ਕਰ ਚੁੱਕਿਆ ਹਾਂ ਅਸੀਂ ਕਈ ਸਾਲ ਪਹਿਲਾਂ ਫਿਲਮ ਕੀਤੀ ਸੀਗੀ ਤੇ ਤੋਤੀ ਬਾਈ ਮੈਨੂੰ ਜੋ ਫਿਲਮ ਦੇ ਰਾਈਟਰ ਨੇ ਅਸੀਂ 10-15 ਸਾਲ ਤੋਂ ਜੋ ਥੀਏਟਰ ਸ਼ੁਰੂ ਕੀਤਾ ਅਸੀਂ ਇਕੱਠੀ ਹਾਂ ਤੇ ਵਿਕਰਮ ਬਾਈ ਵੀ ਮੈਨੂੰ 4-5 ਸਾਲ ਤੋਂ ਜਾਣਦਾ ਤੇ ਉਹਨਾਂ ਨੇ ਮੈਨੂੰ ਕਾਲ ਆਈ ਸੀ ਕਿ ਇੱਕ ਫਿਲਮ ਹੈ ਉਹਦੇ ਵਿੱਚ ਜੋ ਆਪਣੀ ਫਿਲਮ ਦੀ ਹੀਰੋਨ ਹੈ ਉਹਨਾਂ ਦੇ ਬ੍ਰਦਰ ਦਾ ਕਰੈਕਟਰ ਹੈ ਵੱਡੇ ਬ੍ਰਦਰ ਦਾ ਗੋਗ ਮਾ ਪਿਓ ਫਿਲਮ ਦੇ ਵਿੱਚ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਬ੍ਰਦਰ ਨਹੀਂ ਉਹਨਾਂ ਨੂੰ ਆਪਣੀਆਂ ਧੀਆ ਵਾਂਗੂ ਸਮਝ ਲਓ ਛੋਟੀਆਂ ਬਣਾਂ ਨੂੰ ਪਾਲਿਆ ਜੀ ਸੋ ਇਦਾਂ ਦਾ ਮੇਰਾ ਕਰੈਕਟਰ ਹੈ ਸੈਂਸਿਟਿਵ ਜਿਹਾ ਕਰੈਕਟਰ ਹੈ ਜੋ ਬਰਦੂ អਮੋਸ਼ਨਲ ਹੈ ਆਪਣੀਆਂ ਭੈਣਾਂ ਦੀ ਬਹੁਤ ਕੇਅਰ ਕਰਦਾ ਹੈ ਸੋ ਜਿੰਮੇ ਆ ਜਿੰਮੇਵਰ ਬਦਲ ਕੇ ਸਮਝ ਲਓ ਇੱਕ ਪਿਓ ਦੀ ਜਗ੍ਹਾ ਤੇ ਆਉਂ ਸੋ ਉਹ ਬਹੁਤ ਕੇਅਰ ਕਰਦਾ ਉਹਨਾਂ ਨੂੰ ਕੋਈ ਵੀ ਤਕਲੀਫ ਹੁੰਦੀ ਹੈ ਜੋ ਵੀ ਕਰ ਦੇ ਵਿੱਚ ਕੋਈ ਪ੍ਰੋਬਲਮਸ ਕ੍ਰੀਏਟ ਹੋਈਆਂ ਫਿਲਮ ਦੇ ਵਿੱਚ ਜੀ ਤੇ ਉਹਨਾਂ ਦੇ ਨਾਲ ਖੜਦਾ ਹੈ ਜੀ ਜੀ ਤੇ ਫਿਰ ਉਹਨਾਂ ਦੇ ਜੋ ਵੀ ਸੱਚ ਝੂਠ ਜੋ ਵੀ ਹੁੰਦਾ ਹੈ ਤੇ ਬਗਦੀ ਫਿਲਮ ਜੇ ਦੇਖੋਗੇ ਹਾਂ ਹਾਂ ਫਿਰ ਮੋਂਦੋਂ ਸਾਰਾ ਕੁਝ ਹੀ ਸਾਹਮਣੇ ਆ ਜਾਂਦਾ ਹਾਂਜੀ ਹਾਂਜੀ ਜੀ ਸੋ ਫਿਲਮ ਬਹੁਤ ਸੋਣੀ ਹੈ ਮਤਲਬ ਕਿ ਇਦਾਂ ਦੀ ਜਿਹੜੀਆਂ ਜਿਵੇਂ ਰਾਇਲ ਬਾਈ ਨੇ ਆਖਿਆ ਕਿ ਜੋ ਲਾਈਫ ਦੇ ਨੇੜੇ ਫਿਲਮਾਂ ਹੁੰਦੀਆਂ ਬਹੁਤ ਘੱਟ ਬਣਦੀਆਂ ਜ਼ਿਆਦਾਤਰ ਫਿਲਮਾਂ ਕੀ ਹੁੰਦੀਆਂ ਆ ਕਲਪਨਾ ਹੁੰਦੀਆਂ ਕਾਮੇਡੀ ਹੁੰਦੀਆਂ ਜਨਾ ਜੋ ਆਪਣੇ ਕੋਲੇ ਬੁਣੀ ਆਈ ਜਾਂਦੇ ਇਹ ਬੇਸਿਕਲੀ ਜਿਹੜੀ ਫਿਲਮ ਹੈ ਇਹ ਇਹ ਇੱਕ ਰਿਸ਼ਤਿਆਂ ਦੀ ਕਹਾਣੀ ਜੋ ਪਿੰਡਾਂ ਦੇ ਵਿੱਚ ਮੈਂ ਵੀ ਪਿੰਡ ਤੋਂ ਹੀ ਆ ਇਹ ਆਮ ਘਰਾਂ ਦੀ ਗੱਲ ਹੈ ਜੀ ਸੋ ਸੋ ਨੂੰ ਆਪਣੇ ਨਾਲ ਜੋੜੂਗੀ ਫਿਲਮ ਬੰਦੇ ਨੂੰ ਲੱਗੂਗਾ ਕਿ ਹਾਂ ਯਾਰ ਆ ਮੇਰੇ ਘਰ ਦਾ ਗਲੇਸ਼ ਹੈ ਜਾਂ ਆ ਮੇਰੇ ਪਿੰਡ ਦਾ ਫਲਾਣਾ ਬੰਦਾ ਜਿਹੜਾ ਚੁਗਲਖੋਰ ਹੈ ਲੂਤੀ ਲਾਉਂਦਾ ਇਦਾਂ ਦਾ ਉਹ ਬੰਦੇ ਤੁਹਾਨੂੰ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ ਇੱਕ ਫਿਲਮਾਂ ਦੇ ਤੁਸੀਂ ਕਿ ਕਲਪਨਾ ਦੇ ਸੁਪਨੇ ਸੰਸਾਰ ਹੁੰਦਾ ਬੜੀਆਂ ਹਾਲੀਵੁੱਡ ਦੀਆਂ ਦੱਖਣ ਦੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਕਿ ਅਸਲ ਜ਼ਿੰਦਗੀ 'ਚ ਉਹ ਕੁਝ ਵੀ ਨਹੀਂ ਹੁੰਦਾ ਤੇ ਪਰ ਉਹ ਐਂ ਲੱਗਦਾ ਬੰਦੇ ਨੂੰ ਪਤਾ ਨਹੀਂ ਇਹ ਜ਼ਿੰਦਗੀ ਕਿਜੀ ਤੇ ਇਹ ਹੈ ਅਸਲ ਜ਼ਿੰਦਗੀ ਜਿਹੜੀ ਕਿ ਅਸੀਂ ਜਿਉਣੀ ਆ ਬਿਲਕੁਲ ਜੀ ਬਦਲ ਕੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਫਿਲਮ ਨਹੀਂ ਲੱਗੂਗੀ ਤੁਹਾਨੂੰ ਐਂ ਲੱਗੂਗਾ ਕਿ ਤੁਹਾਡੇ ਆਸ-ਪਾਸੇ ਕੁਝ ਵਾਪਰ ਰਿਹਾ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਕੋਈ ਵੀ ਅੱਜ ਨੇ ਬੈਠੇ ਵੀ ਇਦਾਂ ਹਨਾ ਤਾਂ ਉਹਦਾਂ ਦੀ ਇਹ ਫਿਲਮ ਹੈ ਬਾਕੀ ਜਿਹਨੇ ਕਲਪਨਾ ਵਾਲੀਆਂ ਫਿਲਮਾਂ ਹੁੰਦੀਆਂ ਚਲੋ ਐਂਟਰਟੇਨਮੈਂਟ ਲੈਂਦੇ ਹੋ ਉਹ ਚ ਮਸਾਲਾ ਵੀ ਹੁੰਦਾ ਉਹ ਵੀ ਚਾਹੀਦਾ ਬਟ ਬਹੁਤ ਸਾਰਾ ਕੱਟ ਫਿਲਮ ਹੁੰਦੀ ਜਿਹੜੀ ਲਾਈਫ ਨਾਲ ਰਿਲੇਟ ਕਰਦੀਆਂ ਸੋ ਇਹ ਉਹਦਾਂ ਦੀ ਫਿਲਮ ਹੈ ਜੋ ਕਿ ਤੁਹਾਡੀ ਲਾਈਫ ਨਾਲ ਰਿਲੇਟ ਕਰੂਗੀ ਜਿਹੜੀ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਤੁਸੀਂ ਯਾਰ ਤੁਸੀਂ ਕਰੈਕਟਰ ਚੋਂ ਕਿਤੇ ਹਾਂਜੀ ਹਾਂ ਉਸ ਫਿਲਮ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜੋ ਰਾਇਲ ਬਾਈ ਨੇ ਸਾਥੋਂ ਐਕਟ ਕਰਵਾਇਆ ਜਾਂ ਤੋਤੀ ਬਾਈ ਨੇ ਜੋ ਲਿਖਿਆ ਉਹ ਉਹਨਾਂ ਨੇ ਇੱਕ ਇੱਕ ਲਾਈਵ ਐਕਟਿੰਗ ਜਿਹੜੀ ਹੁੰਦੀ ਹੈ ਨਾ ਲਾਈਵ ਐਕਟਿੰਗ ਜਿੱਦਾਂ ਆਪ ਗੱਲ ਕਰ ਰਹੇ ਆ ਵੀ ਇੱਦਾਂ ਪਹਿਲਾਂ ਹੀ ਕਹਤਾ ਸੀ ਕਿ ਕੁਝ ਵੀ ਓਵਰ ਨਹੀਂ ਹੈ ਜਿਵੇਂ ਆਪ ਗੱਲਾਂ ਬਾਤਾਂ ਕਰ ਰਹੇ ਹਾਂ ਹਰ ਸੀਨ ਚਾਹੇ ਈਮੋਸ਼ਨਲ ਹੋਣਾ ਚਾਹੇ ਲੜਾਈ ਵਾਲਾ ਚਾਹੇ ਪਿਆਰ ਵਾਲਾ ਸੀਨਾ ਵੀ ਨੋਰਮਲ ਗੱਲ ਕਰਨੀ ਜਿਵੇਂ ਗੱਲਾਂ ਬਾਤਾਂ ਲੱਗਣ ਨਾ ਕਿ ਡਾਇਲੋਗ ਡਿਲੀਵਰੀ ਜਾਂ ਡਾਇਲੋਗ ਲੱਗਣ ਵੀ ਡਾਇਲੋਗ ਬੋਲੀ ਜਾਂਦੇ ਆ ਜੀ ਜੀ ਪਰ ਐਕਟਰ ਜਿਹਾ ਪਾ ਕੇ ਵਾਲੇ ਡਾਇਲੋਗ ਨਹੀਂ 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 ਪਰ ਪਤਾ ਲੱਗ ਜਾਂਦਾ ਨਾ ਵੀ ਐਕਟਿੰਗ ਕਰ ਰਿਹਾ ਹੈ ਤਾਂ ਬਹੁਤ ਨੇਚਰਲ ਤੇ ਲਾਈਵ ਰੱਖੀ ਹੋਈ ਹੈ ਫਿਲਮ ਤੇ ਬਾਕੀ ਕੱਲ ਨੂੰ ਮੈਂ ਕਹਿੰਦਾ ਦਰਸ਼ਕਾਂ ਨੂੰ ਕਿ ਫਿਲਮ ਦੇਖਣ ਜਾਣ ਤੁਹਾਨੂੰ ਆਪਣੀ ਕਹਾਣੀ ਲੱਗੂ ਆਪਣੇ ਘਰ ਦੀ ਗੱਲ ਲੱਗੂਗੀ ਔਰ ਤੁਹਾਨੂੰ ਬਹੁਤ ਸਿੱਖਣ ਨੂੰ ਵੀ ਮਿਲੂਗਾ ਜੋ ਵੀ ਤੁਹਾਡੇ ਵਿੱਚ ਕੜਵਾਟ ਭਰੀ ਹੋਈ ਆ ਇਹ ਰਿਸ਼ਤਿਆਂ ਨੂੰ ਲੈ ਕੇ ਉਹ ਉਹ ਚੀਜ਼ਾਂ ਤੁਹਾਡੇ ਜੋਸ਼ਾ ਦੂਰ ਹੋ ਜਾਣ ਜੋ ਈਗੋ ਆਪਣੇ ਇਨਸਾਨਾਂ ਦੇ ਵਿੱਚ ਹੈਗੀ ਆ ਤਾਂ ਉਹਨਾਂ ਦੀ ਗੱਲ ਕਰੂਗੀ ਫਿਲਮ ਮਤਲਬ ਕਿ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਇਹ ਫਿਲਮ ਸਾਰੇ ਪਰਿਵਾਰ ਨੂੰ ਹੀ ਦੇਖਣੀ ਚਾਹੀਦੀ ਜਿਹੜੀ ਮੇਨ ਗੱਲ ਹੈ ਵੀ ਇੱਕ ਦੇਖਿਆ ਤਾਂ ਬਾਕੀਆਂ ਨੂੰ ਸਮਝਾਊਗਾ ਤਾਂ ਉਹ ਚੱਕਰ ਪਊਗਾ ਹਾਂਜੀ ਹਾਂਜੀ ਇਹ ਵੀ ਨਹੀਂ ਕਿ ਤੁਸੀਂ ਇਕੱਲਾ ਇਕੱਲਾ ਜਾ ਕੇ ਫਿਲਮ ਨੂੰ ਦੇਖਣ ਜਾਓ ਵੀ ਪਰਿਵਾਰ ਨਾਲ ਜਾ ਕੇ ਜਾਓ ਤੁਸੀਂ ਪੂਰਾ ਪਰਿਵਾਰ ਆਪਣੇ ਬੱਚੇ ਮਾਪਿਆਂ ਨੂੰ ਲੈ ਕੇ ਜਾਓ ਤਾਂ ਹਰ ਘਰ ਦੇ ਵਿੱਚ ਪ੍ਰੋਬਲਮ ਹੁੰਦੀਆਂ ਹੀ ਆ ਨੈਚੁਰਲੀ ਹੈ ਨਾ ਤਾਂ ਨਾਨਕ ਤੁਗੇ ਸਭ ਸੰਸਾਰ ਸੋ ਉਦਾਂ ਦੀ ਇਹ ਫਿਲਮ ਹੈ ਤੋ ਕਿਤਨੇ ਕਿਤੇ ਜੋ ਵੀ ਆਪਣੇ ਅੰਦਰ ਇੱਕ ਦੂਜੇ ਬਦਰਤੀ ਘਰ ਦੇ ਵਿੱਚ ਚੱਲ ਰਿਹਾ ਹੁੰਦਾ ਕਿ ਈਗੋ ਪ੍ਰੋਬਲਮ ਚੱਲ ਰਹੀ ਹੁੰਦੀਆਂ ਉਹ ਤੁਹਾਡੀਆਂ ਫਿਲਮ ਦੂਰ ਕਰੂਗੀ ਯਾਰ ਨਹੀਂ ਜੇ ਮੈਂ ਗਲਤ ਆ ਮੈਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਵੀ ਮੈਂ ਗਲਤ ਸੀਗਾ ਤੋ ਕਈ ਵਾਰੀ ਆਪਾਂ ਨੂੰ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਨੂੰ ਆਪਣਾ ਖੁਦ ਸਹੀ ਲੱਗ ਜਾਂਦਾ ਕਿ ਮੈਂ ਸਹੀ ਆ ਪਰ ਇਦਾਂ ਹੁੰਦਾ ਨਹੀਂ ਆਪਣੀਆਂ ਗਲਤੀਆਂ ਹਰਬੰਦਨ ਲਾਦੇ ਮੈਂ ਸਹੀ ਆ ਸਾਹਮਣੇ ਵਾਲਾ ਗਲਤ ਆ ਸੋ ਇਹ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਆਪਣਾ ਮਤਲਬ ਇੱਕ ਸ਼ੀਸ਼ਾ ਕਰ ਤੁਹਾਨੂੰ ਆਪਣੀ ਸ਼ਕਲ ਦਿਖਾਉਂਦਾ ਹੁੰਦਾ ਨਾ ਇਹ ਫਿਲਮ ਆਈ ਨਾ ਦਿਖਾਉਗੀ ਤੁਹਾਨੂੰ ਕੋਲ ਉਹ ਜਿਵੇਂ ਮਨੁੱਖ ਨੂੰ ਆਪ ਦਾ ਆਪ ਹਮੇਸ਼ਾ ਸਹੀ ਲੱਗਦਾ ਦੂਜੇ ਨੂੰ ਪਤਾ ਹੁੰਦਾ ਕਿ ਗਲਤ ਟਰੈਕ ਤੇ ਜਾ ਰਿਹਾ ਹਾਂ ਹਾਂ ਤੋ ਉਹ ਇਹ ਆ ਇਹਨਾਂ ਦਿਖਾਉਗੀ ਯਾਰ ਹਾਂ ਜਦੋਂ ਮਤਲਬ ਕਿ ਫਿਲਮ ਦੇ ਕਿ ਚਾਹ ਰ ਆ ਬੰਦੇ ਨੇ ਆ ਕਰੈਕਟਰ ਨੇ ਗਲਤੀ ਕੀਤੀ ਸੀਗੀ ਇਹਨੇ ਆਪਣੇ ਆਪ ਨੂੰ ਰਿਅਲਾਈਜ਼ ਕਰ ਲਿਆ ਸੋ ਯਾਰ ਮੈਂ ਗਲਤੀ ਕੀਤੀ ਸੀ ਇਸ ਟਾਈਮ ਯਾਰ ਮੇਰਾ ਭਰਾ ਨਾ ਮੈਂ ਐਵੇਂ ਲੜਿਆ ਫਿਰਦਾ ਗਲਤੀ ਤਾਂ ਮੇਰੀ ਸੀਗੀ ਕਈ ਵਾਰੀ ਆਪਾਂ ਆਪਣੀ ਈਗੋ ਦੇ ਵਿੱਚ ਆਪਣੀ ਗਲਤੀ ਨੂੰ ਮੰਨਣਾ ਨਹੀਂ ਚਾਹੁੰਦੇ ਹਨਾ ਆਪਣੀ ਤੌਣ 'ਚ ਸਰੀਆ ਹੁੰਦਾ ਕਿ ਨਹੀਂ ਯਾਰ ਮੈਂ ਉਹ ਝੁਕੇ ਵੀ ਮੈਂ ਸਹੀ ਹਾਂ ਸੋ ਇਹ ਇਹ ਇੱਕ ਆ ਇਹਨਾਂ ਦਿਖਾਉਗੀ ਇਨਸਾਨ ਨੂੰ ਫਿਲਮ 'ਇ ਮਤਲਬ ਜਿਹਨੂੰ ਅਸੀਂ ਭਰਾਵਾਂ ਨੂੰ ਸ਼ਰੀਕ ਮੰਨ ਬੈਨੇ ਆ ਉਹਨਾਂ ਤੋਂ ਵੀ ਕਿਤੇ ਨਿਕਤੇ ਦੂਰ ਕਰੂਗੀ ਹਾਂਜੀ ਹਾਂ ਬਿਲਕੁਲ ਬਿਲਕੁਲ ਇਹ ਗੱਲ ਵਈ ਤੁਹਾਡਾ ਨਾ ਗੱਲ ਮਤਲਬ ਜਿਹੜੇ ਮੈਂ ਵੇਖ ਰਿਹਾ ਵੀ ਜਿਹੜੇ ਵੀ ਇਹ ਚ ਅਧਿਕਾਰ ਨਹੀਂ ਜੋ ਲਗਭਗ ਥੀਏਟਰ ਨਾ ਮਤਲਬ ਮੇਲਾ ਜੁੜੇ ਵੇਲੇ ਬੰਦੇ ਲੇ ਵੇ ਇਹ ਵੀ ਇੱਕ ਵੱਡੀ ਗੱਲ ਬਿਲਕੁਲ ਸਰ ਐਕਚੁਅਲੀ ਜੇ ਆਪਾਂ ਐਕਟਰ ਵਰਡ ਯੂਜ਼ ਕਰਦੇ ਆ ਨਾ ਤਾਂ ਕਿਦੇ ਲਈ ਕਰਨਾ ਚਾਹੀਦਾ ਪਤਾ ਹੋਣਾ ਚਾਹੀਦਾ ਜੀ ਹਰ ਕਿਸੇ ਨੂੰ ਤੁਸੀਂ ਐਕਟਰ ਨਹੀਂ ਕਹਿ ਸਕਦੇ ਸਟਾਰ ਕਦੇ ਐਕਟਰ ਨਹੀਂ ਹੁੰਦਾ ਪਰਫਾਰਮਰ ਹੁੰਦਾ ਆ ਜੀ ਜਿਨੇ ਜਦ ਤੱਕ ਆਪਣੇ ਆਪ ਨੂੰ ਹੰਡਾਇਆ ਨਹੀਂ ਥੀਏਟਰ ਚ ਹਨ ਰੰਗਮੰਚ ਤੇ ਚੜਿਆ ਨਹੀਂਗਾ ਉਹਨੇ ਮੱਥਾ ਨਹੀਂ ਟੇਕਿਆ ਉਸ ਸਟੇਜ ਨੂੰ ਠੀਕ ਹੈ ਫਿਰ ਤੁਸੀਂ ਉਹਨੂੰ ਕਿੱਦਾਂ ਉਹਦੇ ਨਾਲ ਐਕਟਰ ਵਰਡ ਜੋੜ ਸਕਦੇ ਹੋ ਉਹ ਚੀਜ਼ ਤਾਂ ਨਿਕਲ ਕੇ ਪਤਾ ਲੱਗਦੀ ਹੈ ਸੋ ਆ ਸਾਰੇ ਹੀ ਮਤਲਬ ਲਾਈਕ ਮజే ਹੋਏ ਆਰਟਿਸਟ ਆ ਜੀ ਇਹਨਾਂ ਨੂੰ ਤਾਂ ਦੁ ਨੂੰ ਦੇਖ ਕੇ ਵੱਡਾ ਹੋਇਆ ਸਾਰਿਆਂ ਰੂਪੀ ਬਰਨਾਲਾ ਮੈਮ ਹੋ ਗਏ ਹੈਨਾ ਗਾਧੂ ਸਰ ਦਾ ਮੈਂ ਫੈਨ ਆ ਗੁਰਪ੍ਰੀਤ ਰਾਈਟਰ ਜਿਹੜਾ ਰਾਈਟਰ ਆ ਬਾਈ ਆਪਣਾ ਗੁਰਪ੍ਰੀਤ ਹੋਤੀ ਉਹ ਐਕਟਰ ਵੀ ਬਹੁਤ ਵੀ ਐਕਟਿੰਗ ਕਰਦਾ ਹੈ ਉਹ ਤੇ ਫਿਰ ਅਸੀਂ ਇਹ ਫਾਈਨਲੀ ਡਿਸਾਈਡ ਕੀਤਾ ਕਿ ਯਾਰ ਇੱਕ ਅੱਛੀ ਵੱਡੀ ਪਰਿਵਾਰਿਕ ਫਿਲਮ ਦੇਖੋ ਪਰਿਵਾਰਿਕ ਫਿਲਮ ਦਾ ਮਾਹੌਲ ਤੁਹਾਨੂੰ ਸਕਰੀਨ ਤੇ ਕਿੱਦਾਂ ਦਿਖੂਗਾ ਜੇ ਤੁਹਾਡੇ ਕਰੈਕਟਰ ਉਹ ਪਰਿਵਾਰਿਕ ਹੋਣਗੇ ਹੈਨਾ ਤੁਸੀਂ ਇਹਦੇ ਵਿੱਚ ਦੇ ਕਿਸੇ ਵੀ ਆਰਟਿਸਟ ਨੂੰ ਦੇਖ ਲਓ ਤੁਹਾਨੂੰ ਲੱਗਦਾ ਯਾਰ ਸਾਡੀ ਬੇਬੇ ਇਦਾਂ ਦੀ ਹੁੰਦੀ ਹੈ ਮੇਰੀ ਪੂਆ ਵੀ ਇਦਾਂ ਦੀ ਹੁੰਦੀ ਆ ਹੈਨਾ ਮੇਰੀ ਮੇਰਾ ਚਾਚਾ ਤਾਇਆ ਵੀ ਇਦਾਂ ਦਾ ਹੀ ਲੱਗਦਾ ਹੈ ਤੋ ਉਹ ਜੇ ਹੁਣ ਆਪਾਂ ਇਹਨਾਂ ਨੂੰ ਰਿਪਲੇਸ ਕਰ ਦਈਏ ਸਟਾਰਜ਼ ਵਾਲੀ ਸ਼ਕਲਾਂ ਦੇ ਨਾਲ ਉਹ ਤੁਹਾਨੂੰ ਲੱਗਣੀ ਹੀ ਨਹੀਂ ਜੀ ਪਰਿਵਾਰਿਕ ਫਿਲਮ ਕਿਵੇਂ ਬਣਾ ਲੋਗੇ ਫਿਰ ਜਿਵੇਂ ਆਪਾਂ ਕੁਝ ਡੇਲੀ ਸੋਪ ਹੁੰਦੇ ਵੀ ਇਹ ਚ ਬੰਦਾ ਹਰ ਟਾਈਮ ਗਹਿਣਿਆਂ ਨਾਲ ਲੱਦਿਆ ਉਹ ਮਤਲਬ ਆਮ ਜ਼ਿੰਦਗੀ ਤਾਂ ਆਪਾਂ ਇੰਨੇ ਨਹੀਂ ਲੱਦ ਕੇ ਤੁਰਦੇ ਹੁੰਦੇ ਨਹੀਂ ਹਰ ਰਾਤ ਨੂੰ ਸੁੱਤੇ ਹੁੰਦੇ ਸਾੜੀ ਪਾ ਕੇ ਐਂਡ 올 ਦੈਟ ਹੈਨਾ ਉਦਾਂ ਕੌਣ ਸੁੰਦਰ ਰਾਤ ਨੂੰ ਜੋ origignal ਹੈ ਉਹ ਕਰਨਾ ਚਾਹੀਦਾ ਹੈ ਨਾ ਹਾਂਜੀ 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 ਤੇ ਇੱਕ ਗੱਲ ਇਹ ਹੈ ਵੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਐਕਟਰ ਦੀ ਗੱਲ ਵਾਕਈ ਮਤਲਬ ਉਸ ਕੰਮ ਕਰਨਾ ਵੀ ਆਸਾਨ ਹੁੰਦਾ ਜਦੋਂ ਬੰਦੇ ਥੀਏਟਰ ਚ ਆਏ ਹੁੰਦੇ ਆ ਜਿਹੜੇ ਉਹਨਾਂ ਨੇ ਮਤਲਬ ਇੱਕ ਮੱਥਾ ਮਾਰਨਾ ਜਿਵੇਂ ਡਾਇਰੈਕਟਰ ਲਈ ਜਾਂ ਉਹ ਚ ਜੋ ਵੀ ਚਾਹੀ ਤੋ ਹੀ ਬਚਾ ਬਿਲਕੁਲ ਹੁੰਦਾ ਉਹਨਾਂ ਨੂੰ ਉਹਨਾਂ ਦਾ ਸਭ ਤੋਂ ਵੱਡਾ ਕੰਮ ਕਰਨ ਦਾ ਫਾਇਦਾ ਕੀ ਹੈ ਉਹਨਾਂ ਨੂੰ ਇੱਕ ਜ਼ੋਨ ਦੇ ਦਿਓ ਉਹ ਫਿਰ ਉਸ ਤੋਂ ਬਾਹਰ ਨਹੀਂ ਜਾਂਦੇ ਉਹਨਾਂ ਨੂੰ ਜਿੰਨਾ ਸਮਝਾ ਦਿਓ ਨਾ ਉਹ ਫੋਲੋ ਕਰਦੇ ਆ ਕਿਉਂਕਿ ਉਹ ਛਾਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹਨੇ ਸਟਾਰ ਬਣਨਾ ਹੈ ਉਹਨੇ ਛਾਣ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਟਰੂ ਐਕਟਰ ਆ ਜਿਹੜਾ ਉਸ ਸੈਂਸ ਨੂੰ ਸਮਝ ਗਿਆ ਉਹਨੇ ਕਹਿਣਾ ਯਾਰ ਕੈਮਰੇ ਨੂੰ ਮੈਂ ਇੰਨੀ ਦੇਰੀ ਚਾਹੀਦਾ ਮੈਂ ਇ ਇਹ ਬਹੁਤ ਫਾਇਦਾ ਹੁੰਦਾ ਹੈ। ਇਹ ਬਹੁਤ ਹਾਂਜੀ ਕਿ ਜਿਹੜੀ ਫਿਲਮ 4 ਅਗਸਤ ਨੂੰ ਆ ਰਹੀ ਹੈ। ਹਾਂਜੀ ਹਾਂਜੀ 4 ਅਗਸਤ ਨੂੰ। ਦਰਸ਼ਕਾਂ ਨੂੰ ਮਤਲਬ ਕੀ ਹੈ ਜਿਸ ਤਰੀਕੇ ਨਾਲ ਸਾਰੇ ਕਹਿ ਗਏ ਪਰ ਤੋਂ ਅਸੀਂ ਵੀ ਇੱਕ ਡਾਇਰੈਕਟਰ ਹਾਂ ਆਪਦੇ ਜੀ। ਬਸ ਮੈਂ ਇਹੀ ਕਹੂੰਗਾ ਜੀ 4 ਅਗਸਤ ਨੂੰ ਜ਼ਰੂਰ ਜਾ ਕੇ ਦੇਖੋ ਫਿਲਮ ਫਿਲਮ ਜਾ ਕੇ ਦੇਖੋ ਜੀ ਚੰਗੀ ਲੱਗਦੀ ਹੈ ਤਾਂ ਪਲੀਜ਼ ਰეკਮੈਂਡ ਕਰੋ ਸਾਰਿਆਂ ਨੂੰ। ਅਸੀਂ ਆਪਣੇ ਵੱਲੋਂ ਆ ਕੋਸ਼ਿਸ਼ ਕੀਤੀ ਹੈ ਕਿ ਐਕਟਰਸ ਦੇ ਨਾਲ ਕੰਮ ਕਰੀਏ, ਚੰਗੇ ਐਕਟਰਸ ਦੇ ਨਾਲ ਕੰਮ ਕਰੀਏ ਤੇ ਜੇ ਤੁਹਾਨੂੰ ਵੀ ਲੱਗਦਾ ਹੈ ਤੇ ਅਸੀਂ ਅੱਗੋਂ ਦੀ ਇਦਾਂ ਦੀ ਫਿਲਮਾਂ ਜ਼ਰੂਰ ਬਣਾਵਾਂਗੇ ਜੇ ਤੁਸੀਂ ਸਾਨੂੰ ਪੋਜ਼ਿਟਿਵ ਰਿਸਪ ਤਾਂ ਗੱਲਬਾਤ ਕੀਤੀ ਫਿਲਮ ਦੇ ਸਟਾਰ ਕਾਸਟ ਨਾਲ ਵੀ ਫਿਲਮ ਦੇ ਜਿਹੜੇ ਆ ਡਾਇਰੈਕਟਰ ਨਾਲ ਵੀ ਰਾਈਟਰ ਨਾਲ ਵੀ ਤੇ ਬਾਕੀ ਅਦਾਕਾਰਾਂ ਨਾਲ ਵੀ ਸਭ ਨੇ ਇਹੀ ਗੱਲ ਕਹੀ ਹੈ ਕਿ ਇਹ ਕਹਾਣੀ ਤੁਹਾਡੀ ਆਪਣੀ ਆ ਤਾਂ ਜਿਸ ਤਰੀਕੇ ਨਾਲ ਦੱਸ ਰਿਹਾ ਜਿਸ ਤਰੀਕੇ ਨਾਲ ਬੱਲੇ ਹੋਏ ਚਲਾਕ ਸੱਜਣਾ ਦੀ ਗੱਲ ਹੈ ਤਾਂ ਇਹ ਲੱਗ ਰਿਹਾ ਕਿ ਸਾਡੇ ਪਰਿਵਾਰਾਂ ਦੀ ਜੋ ਇਹ ਚ ਕਰੈਕਟਰ ਜਿਹੜੇ ਸਾਨੂੰ ਪੋਸਟਰ ਤੇ ਦਿਖਾਈ ਦਿੰਦੇ ਆ ਉਹ ਵੀ ਇਹੀ ਲੱਗਦਾ ਕਿ ਸਾਡੇ ਪਿੰਡਾਂ ਦੇ ਆ ਬੇਸ਼ੱਕ ਜਿਹੜੇ ਅਸੀਂ ਦੇਖਿਆ ਪਰ ਜਿਹਨਾਂ ਨੂੰ ਥੋੜਾ ਜਿਹਾ ਹਟਾ ਕੇ ਦੇਖਿਆ ਸਾਨੂੰ ਇਹੀ ਲੱਗੂਗਾ ਕਿ ਆ ਬੰਦਾ ਸਾਡੇ ਪਿੰਡ ਚ ਫਲਾਨਾ ਆ ਆ ਬੰਦਾ ਸਾਡੇ ਪਿੰਡ ਚ ਫਲਾਨਾ ਜਿਵੇਂ ਪ੍ਰਕਾਸ਼ ਜੀ ਗੱਲ ਕਹੀ ਹੈ ਕਿ ਇੱਕ ਡੱਗੀ ਵਾਲਾ ਉਹ ਮੈਨੂੰ ਇਹਦਾ ਪੁਰਾਣਾ ਆਪਣਾ ਇੱਕ ਪਿੰਡ ਦਾ ਡੱਗੀ ਵਾਲਾ ਯਾਦ ਆ ਗਿਆ ਤਾਂ ਜਦੋਂ ਇਹ ਫਿਲਮ ਦੇਖੋਗੇ ਤਾਂ ਤੁਹਾਨੂੰ ਵਾਕਿਆ ਹੀ ਲੱਗੇਗਾ ਕਿ ਆਪਣੇ ਪਿੰਡ ਤੋਂ ਤੁਸੀਂ ਫਿਲਮ ਦੇਖਾਂ ਸਾਰੇ ਕਰੈਕਟਰ ਹੈ ਜਿਹੜੇ ਉਹ ਛਾਂਟ ਲੋਂਗੇ ਕਿ ਆਹ ਬੰਦਾ ਫਲਾਣਾ ਸਾਡੇ ਪਿੰਡ ਦਾ ਫਲਾਣਾ ਸੋ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਜਿਹੜਾ ਅਸਲੀ ਮੰਨਣ ਲਈ ਇਹ ਫਿਲਮ ਜਿਹੜੀ ਹੈ ਜਰੂਰ ਦੇਖੇ ਜਾਓ 4 ਅਗਸਤ ਨੂੰ ਇਹ ਫਿਲਮ ਜਾਨਕਿ ਰਿਲੀਜ਼ ਹੋਣ ਜਾ ਰਹੀ ਹੈ ਤੇ 4 ਅਗਸਤ ਨੂੰ ਸਿਨੇਮਿਆਂ ਦੇ ਵਿੱਚ ਜਾ ਕੇ ਪੂਰਾ ਪਰਿਵਾਰ ਕਿਉਂਕਿ ਜਿਵੇਂ ਕਿਹਾ ਇਹਨਾਂ ਨੇ ਕਿ ਜੇ ਇਕੱਲੇ ਇਕੱਲੇ ਜਾਓਗੇ ਤਾਂ ਫਿਰ ਆ ਕੇ ਜਦੋਂ ਲੈਕਚਰ ਦੇਓਗੇ ਤਾਂ ਦੂਜਿਆਂ ਨੂੰ ਇਹ ਲੱਗੂਗਾ ਕਿ ਦੇਖ ਕੇ ਆਇਆ ਤੇ ਸਾਡੇ ਤੇ ਹੁਣ ਲੈਕਚਰ ਝਾੜ ਰਿਹਾ ਜੇ ਸਾਰੇ ਜਾਵਾਂਗੇ ਤਾਂ ਫਿਰ ਇੱਕ ਦੂਜੇ ਪ੍ਰਤੀ ਹੋ ਸਕਦਾ ਕਿ ਸਿਨੇਮਾ ਚੋਂ ਬਾਹਰ ਨਿਕਲਦੇ ਜੱਫੀਆਂ ਪੈ ਜਾਣ ਤੇ ਸਿਨੇਮਾ ਚੋਂ ਬਾਹਰ ਨਿਕਲਦੇ ਜਿਹੜਾ ਆਪਸੀ ਜਿਹੜੀ ਕੜਵਾਹਟ ਹੈ ਉਹ ਦੂਰ ਹੋ ਜਾਏ